ਆਹ ਨਿਬੇੜ ਕੇ ਕੰਮ ਜਾ, ਬਾਅਦ 'ਚ ਦੇਖਾਂਗੇ ਕੀ ਬਣਦਾ। ਕੀ ਨਿਬੇੜੀ ਜਾਂਦਾ ਕਰਨਿਆ, ਇੱਕ ਗੱਲ ਸੁਣੀ ਹੈ? ਕੁਛ ਨਹੀਂ, ਮੈਨੂੰ ਕਾਹਦੀ ਗੱਲ ਕਮਲ ਆ? ਨੇ ਦੱਸਿਆ ਚੰਨੀ ਘਰ ਛੱਡ ਕੇ ਵਗ ਗਿਆ। ਓਹੋ, ਮੈਂ ਉਹ ਤਾਂ ਮੈਨੂੰ ਵੀ ਪਤਾ, ਹੁਣ ਗੱਲ ਜਦੋਂ ਐਡੀ ਵੱਡੀ ਹੋ ਗਈ ਮੈਨੂੰ ਵੀ ਉਸ ਨੇ ਦੱਸਿਆ ਸੀਗਾ, ਅੱਛਾ, ਕੱਲ੍ਹ ਸਾਸੂ ਮਾਂ ਨੇ ਵੀ ਕਿਵੇਂ ਕਰਕੇ ਐਂ ਗੱਲਬਾਤ ਹੋ ਗਈ। ਚੱਲ ਕੋਈ ਗੱਲ ਨਹੀਂ, ਉਹਦਾ ਵੀ ਕਹਿੰਦੇ ਨੂੰ ਕੱਢਾਂਗੇ ਕੋਈ ਹੱਲ। ਮਾੜਾ ਹੀ ਹੋ ਗਿਆ, ਇਹ ਕੀ ਗੱਲ ਹੋ ਗਈ ਫਿਰ ਉਹਨੂੰ ਇਹੋ ਅੱਛਾ ਜਿਹੀ ਕੋਈ ਤਾਂ ਹੈ ਗੱਲ? ਨਾ, ਪਹਿਲੀ ਗੱਲ ਪੂਰੀ ਗੱਲ ਦਾ ਪਤਾ ਲੱਗੇ ਹਾਂ। ਫਿਰ ਹੀ ਤਾਂ ਬੰਦੇ ਨੂੰ ਸਮਝਾਇਆ ਜਾਂਦਾ ਗਾ, ਜੇ ਹੁਣ ਉਹ ਮਿਲੂਗਾ ਤਾਂ ਉਹਨੂੰ ਸਮਝਾ ਦਿਆਂਗੇ। ਹੁਣ ਮੈਂ ਇੱਕ ਦੋ ਬੰਦਿਆਂ ਨੂੰ ਕਿਹਾ ਹੈਗਾ ਮਾੜਾ ਪਤਾ ਲੱਗ ਜਾਂਦਾ, ਜੇ ਆਪਾਂ ਨੂੰ ਪਤਾ ਲੱਗ ਗਿਆ ਫਿਰ ਮਾਮੇ ਕੋਲ ਜਾਊਂ, ਫਿਰ ਮਾਮੇ ਨੂੰ ਸਮਝਾਊਂਗਾ। ਮਾਮਾ ਇਹ ਗੱਲਾਂ ਨਹੀਂ ਕਰ ਦਿੰਦੇ, ਘਰਾਂ 'ਚ ਕਿਹਦੀ ਗੱਲ ਨਹੀਂ ਹੁੰਦੀ, ਹਰ ਇੱਕ ਦੀ ਗੱਲ ਹੁੰਦੀ ਹੈ। ਲੈ ਇਹ ਤਾਂ ਹੁੰਦਾ ਹੀ ਰਹਿੰਦਾ, ਦੋ ਭਾਂਡੇ ਤਾਂ ਹਰੇਕ ਦੇ ਫਰਕ ਦੇ ਜੀ ਦੇ ਹੈਗੇ। ਉਹ ਇਹਦਾ ਮਤਲਬ ਇਹ ਤਾਂ ਨਹੀਂ ਜੇ ਆਪਾਂ ਅੱਜ ਮਾੜਾ ਮੋਟੇ ਘਰੇ ਗੱਲ ਹੋ ਗਈ ਤੇ ਘਰ ਛੱਡ ਕੇ ਵਗ ਜਾਓ। ਚੱਲ ਹਾਂ ਪਹਿਲਾਂ ਤਾਂ ਊਂ ਸੀ, ਹੁਣ ਤਾਂ ਪਰਮਾਤਮਾ ਨੇ ਧੀ ਦੇ ਤੀ ਵਧੀਆ, ਹੁਣ ਤਾਂ ਘਰੇ ਰੌਣਕ ਲੱਗੀ ਹੈ। ਹੁਣ ਤਾਂ ਵਧੀਆ ਖਿਡਾਉਣਾ ਦਿੱਤਾ ਰੱਬ ਨੇ, ਤੇ ਹੁਣ ਹੋਰ ਕਾਹਦੇ ਵਾਸਤੇ? ਸਮਝ ਨਹੀਂ ਆਉਂਦੀ ਗੱਲ ਦੀ, ਉਹਦੇ ਬਸ ਦਿਮਾਗ 'ਚ ਕੀ ਚੱਲੀ ਜਾਂਦਾ ਤੇ ਕੀ ਕਰੀ ਜਾਂਦਾ ਉਹ। ਬਸ ਆਈ ਹੈ, ਪਤਾ ਹੀ ਨਹੀਂ ਲੱਗਦਾ। ਕਿਵੇਂ ਐਮ ਐਲ ਏ ਸਾਹਿਬ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਸਤਿ ਅਕਾਲ, ਸ਼੍ਰੀ ਅਕਾਲ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਬਹਿ ਜਾਓ ਬਹਿ ਜਾਓ। ਚਲੋ ਕਿਵੇਂ ਵਕੀਲਦਾਰ ਦੀਆਂ ਗੱਲਾਂ ਬਾਤਾਂ ਮਾਰੀ ਬਸ ਜਾਣਾ? ਬਸ ਕੁਛ ਨਹੀਂ, ਬਸ ਸਹੀ ਵਕੀਲਦਾਰ ਕਾਹਦੀਆਂ। ਹੋਰ ਤੁਸੀਂ ਦੱਸੋ, ਠੀਕ ਹੈ ਸਾਹਿਬ? ਬਹੁਤ ਵਧੀਆ, ਆਪ ਸੁਣਾਓ? ਚਲੋ ਬਸ ਵਧੀਆ ਵਧੀਆ, ਤੁਸੀਂ ਦੇਵਾ ਦੀ ਗੱਲਬਾਤ ਆ। ਬਸ ਠੀਕ ਹੈ, ਮੈਂ ਵੀ ਬਸ ਮਾੜੀ ਤੇ ਥੋੜਾ ਜਿਹਾ ਲੈਣ ਆਇਆ ਸੀਗਾ। ਚਲੋ ਕੋਈ ਗੱਲ ਨਹੀਂ, ਐ ਕਾਹਦੇ ਪਹਿਲਾਂ ਪੁੱਛਿਆ। ਬੇਬੇ ਪਾਣੀ ਲਿਆ। ਹੋਰ ਦੱਸੋ ਘਰੇ ਠੀਕ ਹੈ ਸਾਹਿਬ? ਠੀਕ ਵੀ ਹੈ ਤੇ ਨਹੀਂ ਵੀ, ਦੋਨੇ ਗੱਲਾਂ ਨੇ। ਅੱਛਾ, ਚਲੋ ਪਰਮਾਤਮਾ ਸਦਾ ਠੀਕ ਹੀ ਰੱਖੇ। ਹਾਂ, ਕਬੀਲਦਾਰੀ 'ਚ ਕੋਈ ਮਾੜਾ ਮੋਟਾ ਹੋ ਹੀ ਜਾਂਦਾ ਹੈ। ਉਹ ਐਂ ਤਾਂ ਚੱਲਦਾ ਹੀ ਰਹਿੰਦਾ। ਪਾਣੀ ਲਿਆਓ ਜੀ। ਬੇਬੇ ਤੂੰ ਕਰ ਲਾ ਆਰਾਮ, ਕੋਈ ਨਹੀਂ ਨਾ, ਤੂੰ ਕਰ ਲਾ ਆਰਾਮ, ਕੋਈ ਗੱਲ ਨਹੀਂ, ਅਸੀਂ ਕਰ ਲੈਂਦੇ ਗੱਲਬਾਤ, ਫਿਰ ਆਪਾਂ ਕਰਦੇ ਹਾਂ ਗੱਲਬਾਤ ਪੂਰੀ। ਹੈਲੋ, ਰੱਖ ਲਈ ਕੋਈ ਪੀਲਾ ਪੀਲਾ ਪਾਣੀ ਪੀ ਲਾ ਪਹਿਲਾਂ, ਕੋਈ ਗੱਲ ਨਹੀਂ, ਫਿਰ ਆਪਾਂ ਕਰਦੇ ਹਾਂ ਗੱਲਬਾਤ। ਬੇਬੇ ਲੈ ਜਾ, ਬਸ ਕੋਈ ਨਹੀਂ, ਇਹ ਤੋਂ ਬਾਅਦ ਚਾਹ ਧਾਰ ਲਈ ਮੇਰੇ, ਅਸੀਂ ਬਾਹਰ ਆ ਕੇ ਪੀਵਾਂਗੇ। ਚਲੋ ਕੋਈ ਗੱਲ ਨਹੀਂ, ਹੁਣ ਦੱਸੋ ਜੀ। ਮੈਂ ਦੱਸਣਾ ਤਾਂ ਤੈਨੂੰ ਕਿਸੇ ਗੱਲਬਾਤ ਦਾ ਪਤਾ ਹੈ? ਹਾਂ ਪਤਾ, ਉਹ ਮੈਂ ਉਹੀ ਗੱਲ ਕਰੀ ਜਾਂਦਾ ਸੀਗਾ ਵੀ ਪਹਿਲਾਂ ਹੁਣ ਕੰਮ ਆਈ ਸੀ ਮੇਰੀ ਸਾਸੂ, ਮੈਂ ਉਸਨੇ ਦੱਸੀ ਸੀ, ਕਹਿੰਦੇ ਐਂ ਕਰਕੇ ਐਂ ਗੱਲਬਾਤ ਹੋਊਗੀ, ਪਰ ਜਿਹੜਾ ਹੋਇਆ ਹੋਇਆ ਤਾਂ ਠੀਕ ਨਹੀਂ, ਉਹ ਹੋਇਆ ਤਾਂ ਗਲਤ ਹੀ ਹੈ। ਬੜਾ ਗਲਤ ਹੋਇਆ, ਥੋੜ੍ਹਾ ਨਹੀਂ, ਕੋਈ ਗੱਲਬਾਤ ਹੋਵੇ ਵੱਡੀ ਫਿਰ ਵੀ ਬੰਦਾ ਐਂ ਕਰਦਾ, ਚੰਗਾ ਚੁੱਪ ਕਰ ਸੀ ਤੂੰ ਕਿਹਾ ਬੈਠਾ, ਤੂੰ ਗੱਲ ਹੈ ਉਹੀ ਤਾਂ ਗੱਲ ਆ ਗਈ। ਹੁਣ ਕੀ ਹੱਲ ਕਰੀਏ ਇਸ ਗੱਲ ਦਾ? ਉਹ ਹੱਲ ਤਾਂ ਐਂ ਦੇਖਾ, ਕਹਿੰਦੇ ਹੁੰਦੇ ਆ ਧੀਆਂ ਭੈਣਾਂ ਤਾਂ ਹੁੰਦੀਆਂ ਸਭ ਦੀਆਂ ਸਾਂਝੀਆਂ, ਇਹ ਤਾਂ ਠੀਕ ਹੈ। ਤੇ ਜਦੋਂ ਬੰਦਾ ਕਹਿੰਦਾ ਵਿਆਹ ਜਾਂਦਾ, ਤੈਨੂੰ ਤਾਂ ਚੰਨੀ ਵੀ ਹੋਏ ਜਾ, ਹੁਣ ਤੇਰੀ ਤੇਰੀ ਨੂੰਹ ਵੀ ਹੋਏ ਜੀ, ਬਾਕੀ ਸਿਰੇ ਹੁਣ ਤਾਂ ਪੋਤੀ ਵੀ ਹੋ ਗਈ। ਉਹ ਘਰੇ ਹੁਣ ਤਾਂ ਰੌਣਕਾਂ ਲੱਗੀਆਂ ਯਾਰ, ਕਾਹਦੀ ਕਮੀ ਹੈ? ਹੈ ਹੁਣ ਤਾਂ ਦੇਖ ਉਹਦਾ ਦਿਲ ਟੋਲੂਗਾ ਕੱਲੀ ਦਾ। ਉਹ ਜ਼ਿੰਮੇਵਾਰ ਬੰਦੇ ਜਦੋਂ ਹੁਣ ਛੱਡ ਕੇ ਤੁਰ ਗਿਆ, ਕੋਈ ਗੱਲ ਹੁੰਦੀ ਨਾ ਮੈਨੂੰ ਦੱਸਦਾ, ਤੈਨੂੰ ਦੱਸ ਦਿੰਦਾ। ਹੈ ਐਂ ਬੰਦਾ ਤੁਰ ਜਾਣਾ, ਕੋਈ ਗੱਲ ਹੈ? ਜੇ ਕੋਈ ਗੱਲ ਦੱਸਦਾ ਫਿਰ ਤਾਂ ਆਪਾਂ ਹੱਲ ਵੀ ਕਰ ਲੈਂਦੇ, ਹਾਂ ਕਿਸੇ ਨੂੰ ਤਾਂ ਦੱਸਦਾ, ਫਿਰ ਆਪਾਂ ਉਹਦਾ ਹੱਲ ਕੱਢਦੇ ਗੱਲ ਦਾ, ਵੀ ਆਹ ਹੱਲ ਆ ਭਾਈ ਇਹਦੇ 'ਚ ਆਹ ਗਲਤੀ ਹੈ, ਫਿਰ ਆਪਾਂ ਦੋ ਉਹਨੂੰ ਕਹਿੰਦੇ ਦੋ ਉਹਨੂੰ ਕਹਿੰਦੇ। ਹਾਂ, ਉਹਦੀਆਂ ਗੱਲਾਂ ਤਾਂ ਇਹੋ ਜਿਹੀਆਂ ਸੀ, ਸੁੰਘਾ ਐਂ ਰਹਿੰਦਾ ਵੀ ਯਾਰ ਮਖੌਲ ਕਰਦਾ ਇਹ ਸਾਲਾ, ਤਾਂ ਹੱਥੀ ਖੇਡੀ ਜਾਂਦਾ ਮੇਰੇ ਨਾਲ ਵੀ। ਉਹ ਤਾਂ ਐਂ ਸੀ ਗੱਲ, ਤਾਂ ਹੁੰਦਾ 24 ਘੰਟੇ ਮੇਰੇ ਦੋਨੇ ਜਣੇ ਨਾਲੇ, ਉਹ ਬੋਲਦੇ ਨਾਲੇ ਉਹ ਬੋਲਦੇ, ਬਸ ਉਹ ਤਾਂ ਐਂ ਲੱਗਦੇ ਨਹੀਂ ਸੀ ਕਿਤੇ, 24 ਘੰਟੇ ਐਂ ਲੱਗਦੇ ਸੀ, ਜੇ ਲੜਾਈ ਲੜਦੇ ਸੀ ਤਾਂ ਵੀ ਐਂ ਲੱਗਦਾ ਵੀ ਇਹਨਾਂ ਦਾ ਰੋਜ਼ ਦਾ ਕੰਮ ਹੀ ਹੈ। ਹਾਂ, ਹੁਣ ਮੈਂ ਤਾਂ ਦੋਨਾਂ ਪਾਸੇ ਫਸ ਗਿਆ, ਨਾ ਤਾਂ ਘਰੇ ਬੈਠਣ ਜੋਗਰਾ, ਨਾ ਬਾਹਰ ਜਾਣ ਜੋਗਰਾ। ਚੱਲ ਕੋਈ ਗੱਲ ਨਹੀਂ, ਤੈਨੂੰ ਤਾਂ ਥਾਣੇ ਬੰਦੇ ਸਾਰੀ ਗੱਲ ਹੀ ਫਸ ਜਾਂਦੀ ਆ, ਉਹ ਤਾਂ ਕੋਈ ਗੱਲ ਨਹੀਂ, ਤੇਰਾ ਤਾਂ ਇਹਦੇ 'ਚ ਕੀ ਕਸੂਰ ਹੈਗਾ, ਗੱਲ ਕਰ, ਹੁਣ ਸਿਆਣੇ ਬੰਦੇ ਗੱਲ ਆ ਜਾਂਦੀ ਹੁੰਦੀ ਆ, ਹੁਣ ਤੇਰਾ ਮਾਂ ਡੋਲੀ ਜਾਂਦਾ ਵੀ ਮੈਂ ਕਰਾਂ ਤਾਂ ਹੁਣ ਕੀ ਕਰਾਂ। ਹੁਣ ਮੈਂ ਤੈਨੂੰ ਐਂ ਪੁੱਛਦਾ, ਤੇਥੋਂ ਰਹਿ ਜੀ ਤਾਂ ਕੋਈ ਮੈਂ ਫੈਸਲਾ ਕਰਦਾ,
ਕੋਈ ਵੀ ਗੱਲਬਾਤ ਦਾ ਹੈ, ਫਿਰ ਤੁਸੀਂ ਨਾ ਐਂ ਕਹਿੰਦੇ ਵੀ ਤੂੰ ਐਂ ਕਰਤਾ, ਹੁਣ ਮੈਨੂੰ ਤੂੰ ਦੱਸ ਰੈ ਨਾਲ ਵੀ ਕਿਵੇਂ ਕਰੀਏ, ਕਿਉਂ ਤੂੰ ਇਹੋ ਜਿਹੇ ਕੰਮਾਂ 'ਚ ਆਉਂਦਾ ਰਹਿੰਦਾ। ਵੀ ਜੇਕਰ ਮੇਰਾ ਫੈਸਲਾ ਤਾਂ ਇਹ ਹੈਗਾ ਜਿਸ ਤੱਕ ਮੈਂ ਸੋਚਿਆ ਵੀ ਉਦੋਂ ਹੀ ਮਨ ਖੜ ਜੂ ਕੁੜੀ ਦਾ, ਵੀ ਜਿਹੜੀ ਜ਼ਮੀਨ ਦੀ ਜਾਇਦਾਦ ਆ ਗਈ ਅਤੇ ਕੁੜੀ ਨੂੰ ਕਹਿੰਦੀ ਭਾਈ ਮੈਂ ਸਾਰਾ ਕੁਛ ਤੇਰੇ ਨਾਲ ਲਵਾਉਣਾ ਗਾ, ਭਾਵੇਂ ਵਸੀਅਤ ਕਰਾ ਦੇ, ਜੇ ਪੱਕੀ ਨਹੀਂ ਲਵਾਉਣੀ ਭਾਈ ਜਿੰਨਾ ਚਿਰ ਕਮਾਇਆ ਬੈਠਾ ਮੇਰੀ ਆ, ਬਾਅਦ 'ਚ ਇਹ ਮੇਰੀ ਧੀ ਦੀ ਆ, ਇਹਦੇ 'ਚ ਮੇਰੇ ਪੁੱਤ ਦਾ ਵੀ ਕੋਈ ਹੱਥ, ਸਿੱਧੀ ਜੀ ਗੱਲ ਆ ਮੇਰੇ ਕੋਲ ਤਾਂ। ਠੀਕ ਹੈ ਗੱਲ, ਵੀ ਜਿੰਨਾ ਚਿਰ ਕਮਾਇਆ ਬੈਠਾ ਮੇਰੇ ਆ, ਨਾਲੇ ਤਾਂ ਤੇਰੀ ਸੇਵਾ ਹੋਈ ਜਾਊਗੀ ਅਤੇ ਨਾਲੇ ਉਹਨੂੰ ਐਂ ਹੋ ਜੂ ਸਾਰਾ ਕੁਛ ਮੇਰੇ ਕੋਲ ਆ ਗਿਆ। ਵੱਡੀ ਗੱਲ ਤਾਂ ਆਹੀ ਹੈ ਨਾ, ਉਹਦਾ ਮਨ ਖੜ ਜੂਗਾ, ਹੁਣ ਉਹਦਾ ਮਨ ਖੜ ਜੂਗਾ, ਉਹ ਵੀ ਵੱਗ ਗਿਆ ਜੇ ਹੁਣ ਆਪਾਂ ਇੰਨਾ ਕੁ ਕੰਮ ਨਾ ਕਰਿਆ ਠੀਕ ਨਹੀਂ। ਜੇ ਕੱਲ੍ਹ ਨੂੰ ਮੰਨ ਕੇ ਚੱਲ ਚੰਨੀ ਮੁੜ ਕੇ ਜਮਾਂ ਹੀ ਨਾ ਆਇਆ, ਕੱਲ੍ਹ ਨੂੰ ਤੈਨੂੰ ਕੁਛ ਹੋ ਗਿਆ, ਉਹ ਤਾਂ ਵਿਚਾਰੀ ਮਾਰੀ ਜਾਊਗੀ ਨਾ। ਹਾਂ ਇਹ ਠੀਕ ਹੈ, ਉਹ ਤਾਂ ਮਾਰੀ ਜਾਊਗੀ ਨਾ, ਉਹ ਫਿਰ ਤਾਂ ਢੇਰੀਆਂ ਲੈਣ ਨੂੰ ਸਾਰੇ ਹੀ ਆ ਜਾਂਦੇ ਨੇ, ਫਿਰ ਸਾਰੇ ਆ ਜਾਂਦੇ ਆ। ਕੱਲ੍ਹ ਨੂੰ ਕੋਈ ਮੇਰੇ ਪਿਓ ਦੀ ਜ਼ਮੀਨ ਆ, ਜੇ ਅੱਜ ਤੂੰ ਵਸੀਅਤ ਜਿਹਦੇ ਨਾਲ ਕਰਾਤੀ, ਕੱਲ੍ਹ ਨੂੰ ਜ਼ਮੀਨ ਉਸੇ ਬੰਦੇ ਨੂੰ ਮਿਲੂਗੀ। ਠੀਕ ਹੈ, ਗੱਲ ਤਾਂ ਤੇਰੀ ਸਿਆਣੀ ਹੈ, ਜੇ ਤੂੰ ਵਸੀਅਤ ਉਹਨੂੰ ਕਰਾਤੀ ਸਾਰਾ ਕੁਛ ਉਹਨੂੰ ਮਿਲ ਜੂਗਾ, ਕੱਲ੍ਹ ਨੂੰ ਜਵਾਖੜੀ ਤਾਂ ਪਾੜ ਲੂਗੀ ਨਾ, ਉਹ ਹੈ ਤਾਂ ਆਪਣੇ ਘਰ ਦੀ ਕਿਸੇ ਦੀ ਤਾਂ ਨਹੀਂ ਹੈ ਨਹੀਂ ਉਹ। ਨਾ ਨਾ ਪੱਕੀ ਗੱਲ ਹੈ, ਬਸ ਫਿਰ ਚੱਲ ਬੰਦਾ ਯਾਰ ਵੱਗ ਗਿਆ ਸੀ, ਕੋਈ ਗੁੱਸਾ ਗਿੱਲਾ ਹੁੰਦਾ ਉਹਨਾਂ ਪਰਾਂ ਕਰਕੇ ਫੋਨ ਹੀ ਕਰਦੇ ਹੈ। ਹੁਣ ਤਾਂ ਅਸਲ 'ਤੇ ਇਹ ਗੱਲ ਆ, ਆਉਣਾ ਹੋਇਆ ਆਜੂ, ਨਹੀਂ ਆਉਣਾ ਨਾ, ਉਹਦੀ ਕਿਸਮਤ ਰਹੇਗੀ। ਜਿਹੜਾ ਹੁਣ ਇਸ ਟਾਈਮ ਤੇਰਾ ਮੌਕਾ ਸੰਭਾਲਣ ਦਾ, ਕਿਹੜਾ ਸੰਭਾਲ ਲਾ, ਕਿਹੜਾ ਵਸੀਅਤ ਕਰਾ ਦੇ, ਜੇ ਕੁਛ ਰੱਖ ਲਾ ਭਾਵੇਂ ਪੱਕੀ ਲਵਾ ਦੇ, ਜਿਵੇਂ ਤੈਨੂੰ ਚੰਗਾ ਲੱਗਦਾ, ਤੈਨੂੰ ਦੱਸਦੀ ਗੱਲ ਉਵੇਂ ਕਰ ਲਾ। ਨਹੀਂ ਆਪਾਂ ਤਾਂ ਵਸੀਅਤ ਕਰਾ ਦਿੰਦੇ ਹਾਂ, ਵਸੀਅਤ ਕਰਾ ਦੇ ਭਾਈ, ਜਿੰਨਾ ਚਿਰ ਕਮਾਇਆ ਬੈਠਾਂਗਾ ਮੇਰੀ ਆ, ਬਾਅਦ 'ਚ ਇਹਦੀ ਆ, ਹੋਰ ਕਿਸੇ ਦਾ ਕੋਈ ਹਿੱਸਾ ਨੀਗਾ, ਜੂੜ ਵੜਦੀ। ਠੀਕ ਹੈ ਠੀਕ, ਮੁੰਡੇ ਦਾ ਵੀ ਜੂੜ ਵੜਦੀ ਭਾਈ, ਮੁੰਡੇ ਦਾ ਵੀ ਲੈਣ ਦੇਣ ਨੀ ਗੱਲ ਸਿੱਧੀ ਜੀ। ਜਦੋਂ ਹੁਣ ਉਹੀ ਗੱਲ ਕਿ ਜੂੜ ਵੜਦੀ, ਹੁਣ ਜੂੜ ਤਾਂ ਉਹਨੇ ਵੜਤਾ ਸਾਰੀ ਗੱਲ, ਜੇ ਪੈ ਗਈ ਗੱਲ ਰਾਹ, ਕੱਲ ਨੂੰ ਮੁੰਡਾ ਆ ਗਿਆ ਤੇਰੇ, ਫਿਰ ਤੂੰ ਜਿਵੇਂ ਮਰਜ਼ੀ ਗੱਲ, ਫਿਰ ਵੀ ਤਾਂ ਚੱਲ ਆਪਣੇ ਹੱਥ 'ਚ ਹੀ ਹੈ। ਹਾਂ ਫਿਰ ਵੀ ਆਪਾਂ ਕਿਹੜਾ ਭੇਜਿਆ ਉਹਨੂੰ, ਉਹ ਆਪ ਹੀ ਗਏ ਜੇ ਆਜੂ ਤਾਂ ਘਰ ਖੁੱਲ੍ਹਾ, ਕੋਈ ਗੱਲ ਨਹੀਂ। ਬਸ ਹੈ ਇਹ ਗੱਲ ਆ ਗਈ, ਹੁਣ ਕੱਲ ਨੂੰ ਫਿਰ ਇਹਦਾ ਕੁੜੀ ਦਾ ਵੀ ਆਪਣਾ ਨੂੰ ਮਾਣ ਖੜਾਉਣਾ ਪਊਗਾ, ਤੇ ਨਹੀਂ ਕੱਲ ਨੂੰ ਇਹਨੂੰ ਐਂ ਹੋ ਜੂ ਵੀ ਕੱਲ ਨੂੰ ਜੇ ਜ਼ਮੀਨ ਵੀ ਉਹ ਲੈ ਗਿਆ, ਨਾਲ ਤਾਂ ਘਰੋਂ ਵੱਗ ਗਿਆ, ਕੱਲ ਨੂੰ ਜ਼ਮੀਨ ਵੀ ਉਹ ਲੈ ਜੂ, ਇੱਥੇ ਮੈਂ ਬੈਠੀ ਕੀ ਕਰਦੀ ਹਾਂ। ਉਹ ਇਹਦਾ ਬੋਲੇ ਨਾ ਬੋਲੇ ਆ, ਹੋਰ ਬੁੜੀਆਂ ਕੁੜੀਆਂ ਜਿਹੀਆਂ ਠਿੱਠ ਲੱਗ ਜਾਂਦੀਆਂ ਕਰਨ ਆ ਕੇ, ਆਹ ਉੱਪਰ ਅਗਲਾ ਕਹਿੰਦਾ ਤੂੰ ਇੱਥੇ ਬੈਠੀ ਕਰਦੀ ਹੈ, ਹੋਰ ਜਿਹੜੀ ਜ਼ਮੀਨ ਆ ਗਈ ਉਹ ਤਾਂ ਫਿਰ ਪੁੱਤ ਨਹੀਂ ਮਿਲੂਗੀ, ਤੈਨੂੰ ਨਹੀਂ ਮਿਲਦੀ ਮਿਲਦੀ ਇਹ, ਅਗਲਾ ਪਿਓ ਆਪਦਾ ਇਸ ਨੂੰ ਦਿਓ, ਹੋਰ ਕਿਸੇ ਥੋੜ੍ਹੀ ਦਿਓ, ਅਗਲਾ ਐਂ ਲੱਗ ਜਾਂਦਾ ਕਰਨਾ। ਮੈਂ ਆਖਿਆ ਜੇ ਬੁੜੀ ਕੋਲੇ ਇੱਕ ਬੁੜੀ ਆ ਜਾਏ ਨਾ, ਚਾਰ ਬੁੜੀਆਂ ਜਿੰਨੀਆਂ ਹੋ ਜਾਂਦੀਆਂ ਨੇ, ਉਹ ਗੱਲਾਂ ਮਾਰ ਮਾਰ ਕੇ ਹੋਰ ਹੀ ਕੁਝ ਕਰ ਦਿੰਦੀਆਂ ਨੇ, ਦਿਮਾਗ ਹਲੇ ਆਉਂਦੀਆਂ ਨੇ। ਇਹ ਤਾਂ ਕੋਈ ਗੱਲ ਨਹੀਂ, ਜਿਹੜੀ ਗੱਲ ਤੂੰ ਕਹਿਣਾ, ਹਾਂ ਮੈਨੂੰ ਤਾਂ ਕਹਿੰਦੇ ਰੋੜ ਹੀ ਨਹੀਂ, ਤੇਰੀ ਤਾਂ ਆਪ ਵੀ ਕਹਿੰਦੇ ਸਾਰੀ ਉਮਰ ਨੰਘਾਈ, ਵੀ ਤੈਨੂੰ ਪਤਾ ਹੀ ਆ, ਜੇ ਤੈਨੂੰ ਆਹ ਗੱਲਾਂ ਦਾ ਪਤਾ ਹੈਗਾ, ਬਸ ਆਪਣਾ ਵੀ ਹੁਣ ਫਰਜ਼ ਬਣਦਾ ਕਿ ਇਹਦਾ ਮੌਕਾ ਸੰਭਾਲ ਲਵੇ, ਅਤੇ ਚਾਹੇ ਮੈਂ ਉਮਰ 'ਚ ਵੱਡੀ ਹਾਂ ਫਿਰ ਵੀ ਮੇਰਾ ਹੱਕ ਬਣਦਾ ਹੈ ਵੀ ਮੈਂ ਤੇਥੋਂ ਰਾਏ ਲੈ ਲਈ, ਹੁਣ ਮੈਨੂੰ ਐਂ ਹੋ ਗਿਆ ਵੀ ਅਸੀਂ ਦੋ ਜਾਣੇ ਆ, ਮੈਂ ਇਕੱਲੇ ਨੇ ਲੈ ਫੈਸਲਾ ਨਹੀਂ ਨਹੀਂ ਮੇਰਾ ਵੀ ਘਰ ਆ ਉਹ, ਜੇ ਮੇਰਾ ਘਰ ਆ ਪਰਿਵਾਰ ਆ, ਫਿਰ ਵੀ ਮੈਂ ਉਹਦੇ ਵੀ ਨਹੀਂ ਵੱਧ ਸੋਚਦਾ ਥੋੜ੍ਹਾ ਜਿਹਾ, ਨਹੀਂ ਨਹੀਂ ਹੱਕ ਵੀ ਬਣਦਾ। ਹਾਂ ਮੈਂ ਤਾਂ ਇਹ ਤੈਨੂੰ ਕਹਿਣਾ ਗਾ ਵੀ ਕਿਰਨ ਨਾਲ ਤਾਂ ਕੁੜੀ ਦਾ ਮਨ ਖੜ ਜੂਗਾ। ਠੀਕ ਹੈ ਠੀਕ, ਉਹਨੂੰ ਘਰੇ ਬੁਲਾ ਕੇ ਕਹਿ ਦੇਗਾ ਭਾਈ ਭਾਵੇਂ ਮੇਰਾ ਪੁੱਤ ਹੈਗਾ ਮੇਰੇ ਨੇੜਿਓਂ ਨਹੀਂ ਲੱਗਦਾ, ਠੀਕ ਹੈ ਠੀਕ ਹੈ, ਮੈਨੂੰ ਤੂੰ ਜ਼ਿਆਦਾ ਪਿਆਰੀ ਆ, ਜਦੋਂ ਅੱਜ ਮੇਰੇ ਘਰੇ ਬੈਠੀ ਆ, ਮੈਨੂੰ ਤਾਂ ਤੂੰ ਹੀ ਆ, ਉਹਨੇ ਉਹੀ ਹੈ ਕਰਤਾ ਨੂੰ ਬੁੜੀ ਨਾਲ ਹੀ ਹੈ। ਹਾਂ ਬਸ ਫਿਰ ਦੇਖ ਭਾਈ ਮੈਂ ਰੋਟੀ ਖਾਣੀ ਆ, ਮੈਨੂੰ ਚੁੱਪਾ ਕਰਕੇ ਰੋਟੀ ਦੇ ਚੱਲੀ, ਜਿਹੜੀ ਜ਼ਮੀਨ ਦੀ ਜਾਇਦਾਦ ਆ ਸਾਰੀ ਦੀ ਮੈਂ ਤੇਰੇ ਲਾਉਣਾ ਵਸੀਅਤ, ਠੀਕ ਹੈ, ਅੱਜ ਕਮਾਇਆ ਬੈਠਾ ਮੇਰੇ, ਬਾਅਦ 'ਚ ਤੈਨੂੰ ਮਿਲੂ, ਹੋਰ ਕੋਈ ਬੰਦਾ ਨਹੀਂ ਲੈ ਕੇ ਜਾਂਦਾ। ਠੀਕ ਹੈ ਠੀਕ ਹੈ, ਇਹਦਾ ਪੱਕਾ ਕੰਮ ਸਾਰਾ ਕੁਝ ਤੇਰਾ ਹੈਗਾ। ਠੀਕ ਹੈ ਠੀਕ ਹੈ, ਬਸ ਇੰਨੇ ਨਾਲ ਤਾਂ ਉਹਦਾ ਮਨ ਖੜ ਜੂਗਾ, ਨਹੀਂ ਠੀਕ ਹੈ ਨਾਲੇ ਘਰ ਵੱਜਿਆ ਰਹਿ ਜੂਗਾ। ਠੀਕ ਹੈ ਠੀਕ, ਅੱਗੇ ਰਹਿ ਗਈ ਉਹਦੀ ਮਰਜ਼ੀ, ਜੇ ਆਉਣਾ ਹੋਇਆ ਤਾਂ ਆਜੂਗਾ, ਨਹੀਂ ਜਿਵੇਂ ਕਰਦਾ ਫਿਰ ਕਰੀ ਜਾਣਗੇ, ਫਿਰ ਆਪਣਾ ਕਿਹੜਾ ਨੇੜੋ ਲੱਗਦਾ। ਉਹ ਇਹ ਤਾਂ ਜਮੀ ਕਮਾਲ ਹੋ ਗਈ ਯਾਰ, ਇਹਦਾ ਤਾਂ ਦਿਮਾਗ ਹੱਲੇ ਵਾਲਾ ਵੀ ਨਹੀਂ ਭੱਜਦਾ, ਉਹ ਵੀ ਮਾੜਾ ਮੋਟਾ ਨੇੜੇ ਤੇੜੇ ਕਿਤੇ ਮਿਲ ਜਾਂਦਾ ਹੈ। ਕੋਈ ਨਾ ਕੋਈ ਗੱਲ 'ਚ ਰਾਜ ਤਾਂ ਹੈਗਾ, ਕੋਈ ਵਜ੍ਹਾ ਤਾਂ ਹੈਗੀ ਆ, ਘਰ ਦੀ ਲੜਾਈ ਖਾਤਰ ਤਾਂ ਨਹੀਂ ਗਿਆ ਇਹ, ਵਜ੍ਹਾ ਦਾ ਕੋਈ ਹੁੰਦੀ ਹੈ ਗੱਲ, ਲੜਦੇ ਤਾਂ ਇਹ ਰੋਜ਼ ਆ ਗਏ, ਅੱਗੇ ਕਿਹੜਾ ਲੜਦੇ ਨਹੀਂ ਸੀਗੇ, ਕੋਈ ਨਵਾਂ ਕੰਮ ਅੱਜ ਇਹ ਤਾਂ ਕੋਈ ਚੱਕਰ ਹੋਰ ਆ ਗਾ, ਉਹਦੇ ਬੋਲ ਵੀ ਪੈਂਦੇ, ਮੈਂ ਪੁੱਛ ਰਹਿੰਦਾ ਕਹਿੰਦਾ ਤੈਂ ਕੀ ਲੈਣਾ,
ਤੂੰ ਆਪਦਾ ਡਿਊਟੀ ਤੇ ਵਗ ਜਾ, ਫਿਰ ਐਂ ਬੋਲਦਾ ਉਹ। ਐਂ ਤਾਂ ਕਰਦੇ ਰਹਿੰਦੇ ਸੀ ਰੋਜ਼ ਮਾੜੇ ਮਾੜੇ ਗੱਲਾਂ 'ਤੇ, ਇਹਦਾ ਕੋਈ ਨਾ ਕੋਈ ਗੱਲ ਵਿੱਚ ਹੋਰ ਆ ਗਈ, ਚੱਲ ਕੋਈ ਗੱਲ ਨਹੀਂ ਉਹਦਾ ਵੀ ਪਤਾ ਲਵਾ ਲਾਂਗੇ ਆਪਾਂ, ਲੱਗ ਰਹੀ ਪਤਾ ਤਾਂ ਕਦੇ ਨਾ ਕਦੇ ਤਾਂ ਲੱਗ। ਪਰ ਹੁਣ ਜਿਹੜਾ ਇਸ ਟਾਈਮ ਮੌਕਾ ਇਹੀ ਆ ਵੀ ਤੂੰ ਆਪਦਾ ਮੌਕਾ ਸੰਭਾਲ ਲਾ। ਚੱਲ ਠੀਕ ਹੈ ਫਿਰ, ਜੇ ਤੂੰ ਆਪਦਾ ਮੌਕਾ ਸੰਭਾਲ ਗਿਆ ਤੇ ਨਾਲੇ ਤਾਂ ਉਹਨੂੰ ਮਨ ਨੂੰ ਖੁਸ਼ੀ ਮਿਲੂ ਵੀ ਮੇਰਾ ਬਾਪੂ ਜੀ ਮੇਰੇ ਨਾਲ ਖੜੇ। ਮੈਂ ਪਹਿਲਾਂ ਤੇਰੇ ਕੋਲ ਤਾਂ ਹੀ ਆਇਆ, ਮੈਂ ਉਹਦੀ ਰਾਏ ਲੈ ਆਵਾਂ ਜਾ ਕੇ, ਅਤੇ ਤੈਨੂੰ ਤਾਂ ਮੇਰੇ ਨਾਲ ਵੀ ਪਹਿਲਾਂ ਪਤਾ ਲੱਗਿਆ ਖੜਾ ਸਾਰੀ ਗੱਲ। ਤੂੰ ਆ ਗਿਆ ਚੰਗਾ ਹੋ, ਜੇ ਨਾ ਆਉਂਦਾ ਮੈਂ ਵੀ ਆਉਂਦਾ, ਮੈਨੂੰ ਇਹੋ ਗੱਲ ਦਾ ਪਤਾ ਲੱਗੇ ਵੀ ਆਹ ਗੱਲ ਮੈਂ ਸੋਚੀ ਜਾਂਦੇ ਸੀ ਗੱਲ, ਆ ਬੇਬੇ ਵੀ ਮੇਰੀ ਐਂ ਗੱਲਾਂ ਕਰੀ ਜਾਂਦੀ ਸੀ ਹੁਣ ਵੀ ਤੈਨੂੰ ਪਤਾ ਲੱਗੇ ਗੱਲ ਦਾ, ਮੈਂ ਭਾਈ ਮੈਨੂੰ ਸਾਸੂ ਮਾਂ ਨੇ ਸਾਰਾ ਕੁਝ ਦੱਸਤਾ ਵੀ ਆਹ ਗੱਲ ਕਰਕੇ ਐਂ ਗੱਲ ਹੋਊਗੀ। ਠੀਕ ਹੈ ਠੀਕ, ਫਿਰ ਮੈਂ ਤੈਨੂੰ ਉੱਥੇ ਆ ਕੇ ਵੀ ਆਹੀ ਗੱਲ ਕਹਿਣੀ ਸੀ, ਚੱਲ ਵਧੀਆ ਹੋ ਗਿਆ ਤੂੰ ਆ ਗਿਆ। ਚਲੋ ਫਿਰ ਲੈ ਜਾ ਤੂੰ ਮੈਨੂੰ ਤਾਂ, ਹੈ ਉਹ ਚਾਹ ਪਾਣੀ ਪੀ ਕੇ ਜਾਏ, ਚਾਹ ਆਪਾਂ ਚਾਹ ਪੀਂਦੇ, ਕੋਈ ਗੱਲ ਆ ਜਾ ਫਿਰ ਨਾਲ ਹੀ ਆ ਜਾ, ਯਸ ਕੋਈ ਗੱਲ ਨਹੀਂ। ਬਾਪੂ ਹਾਂ ਪੁੱਤ ਕੀ ਸੋਚਦੇ ਹੋ? ਉਹ ਸੋਚਣਾ ਤਾਂ ਕੀ ਹੈ ਪੁੱਤ, ਮੈਂ ਤਾਂ ਨਲਾਇਕ ਦੀਆਂ ਗੱਲਾਂ ਕਰੀ ਜਾਂਦਾ ਵੀ ਤੂੰ ਕਿਤੇ ਕੰਮ ਧੰਦੇ ਜਾਂਦਾ ਕਿਸੇ ਦੇ ਨਾਲ ਜਾਂਦਾ, ਤੂੰ ਮਾੜਾ ਮੋਟਾ ਮੈਨੂੰ ਨਹੀਂ ਦੱਸਣਾ ਸੀ ਹੁਣ ਤੈਨੂੰ ਦੱਸ ਜਾਂਦਾ, ਤੈਨੂੰ ਨਹੀਂ ਦੱਸਣਾ ਸੀ ਮੈਨੂੰ ਦੱਸ ਜਾਂਦਾ। ਹੈ ਇਹ ਤਾਂ ਗੱਲ ਹੈਗੀ ਬਾਪੂ, ਫਿਰ ਬਾਪੂ ਮੈਂ ਤਾਂ ਐਂ ਸੋਚਦੀ ਸੀ ਵੀ ਅਸੀਂ ਇੱਥੇ ਰਹਿ ਕੇ ਹੁਣ ਕੀ ਕਰਾਂਗੇ, ਮੈਂ ਤੇ ਮੇਰੀ ਗੁੜੀਆ ਅਸੀਂ ਤਾਂ ਮੇਰੇ ਪੇਕੇ ਜਾ ਵੜਦੇ ਆ। ਉਹ ਪੁੱਤ ਕਈਆਂ ਜੀਆਂ ਗੱਲਾਂ ਕਰਦੀ ਐ, ਘਰ ਤਾਂ ਤੇਰੇ ਨਾਲ ਹੀ ਐ, ਹੁਣ ਉਹ ਤਾਂ ਨਿਕੰਮਾ ਵਗ ਗਿਆ, ਹੁਣ ਤੂੰ ਕਹਿੰਦੀ ਐ ਵੀ ਮੈਂ ਬਾਪੂ ਨੂੰ ਵੀ ਛੱਡ ਕੇ ਵਗ ਜਾ, ਸਭ ਕੁਝ ਪੁੱਤ ਤੇਰੇ ਹੀ ਐ, ਸਮਝ ਗਈ ਗੱਲ? ਆ ਜੂਗਾ ਆਪੇ ਧੱਕੇ ਖਾ ਕੇ, ਉਹ ਕਿਤੇ ਨਹੀਂ ਜਾਂਦਾ, ਇਹ ਵਗ ਵੀ ਗਿਆ ਫਿਰ ਕੀ ਐ, ਇੱਥੇ ਬੈਠਾ ਸੀ ਸਾਰਾ ਕੁਛ ਉਹਦਾ ਸੀ, ਮੈਂ ਤਾਂ ਹੁਣ MLA ਕੋਲੇ ਜਾ ਕੇ ਆਇਆ ਸਾਰੀ ਉਹਦੋਂ ਰਾਏ ਲੈ ਕੇ ਆਇਆ, ਉਹਨਾਂ ਨੂੰ ਤਾਂ ਆਪਾਂ ਤੋਂ ਵੀ ਪਹਿਲਾਂ ਪਤਾ ਲੱਗਿਆ ਪਿਆ ਸਾਰੀ ਗੱਲ ਦਾ, ਮੈਂ ਤਾਂ ਐਂ ਕਿਹਾ ਸੀ ਮੈਂ ਚੱਲ ਮੈਂ ਦੱਸਿਆ ਮੈਂ ਨਾਲੇ ਗੱਲਬਾਤ ਪਤਾ ਲੈ ਆਵਾਂ, ਤੇ ਉਹਨੇ ਤਾਂ ਪੁੱਤ ਐਂ ਰਾਏ ਦਿੱਤੀ ਹੈ, ਮੇਰੇ ਚਿੱਤ 'ਚ ਵੀ ਇਹੀ ਸੀ ਜਿਹੜੀ ਪੁੱਤ ਜ਼ਮੀਨ ਆ ਆਪਣੇ ਕੋਲੇ ਤੇਰੇ ਨਾਵਾਂ ਬਸੀਤ ਕਰਾ ਦਿਆਂ, ਜਿੰਨਾ ਚਿਰ ਮੈਂ ਬੈਠਾਂ ਉਸ ਤੋਂ ਬਾਅਦ ਉਹ ਤੇਰੀ ਹੈ, ਅਤੇ ਤੇਰੇ ਨਾਲ ਹੀ ਪੁੱਤ ਘਰ ਖੁੱਲ੍ਹਾ, ਤਾਂ ਹੀ ਮੈਨੂੰ ਦੋ ਰੋਟੀਆਂ ਦੇਣੀਆਂ ਨੇ, ਸਮਝ ਗਈ ਗੱਲ ਤੂੰ? ਅਤੇ ਬੁੜੀਆਂ ਨਾਲ ਹੀ ਪੁੱਤ ਘਰ ਹੁੰਦਾ, ਜੇ ਤੂੰ ਛੱਡ ਗਈ ਫਿਰ ਇੱਥੇ ਕੀ ਹੈ, ਕੁਛ ਵੀ ਨਹੀਂ ਹੈਗਾ। ਇਹ ਗੱਲ ਤਾਂ ਤੁਹਾਡੀ ਠੀਕ ਆ ਬਾਪੂ, ਚਲੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਠੀਕ ਹੈ, ਪਰ ਮੇਰਾ ਵੀ ਇਸ ਘਰ 'ਚ ਨਾ ਮਨ ਜਾਣ ਲੱਗਦਾ ਸੀਗਾ, ਮੈਂ ਵੀ ਤਾਂ ਕਹਿ ਰਹੀ ਸੀ ਵੀ ਚੱਲ ਅਸੀਂ ਤਾਂ ਵੀ ਅੱਜ ਪੇਕੇ ਠੀਕ ਹੈ ਹਨਾ, ਅਤੇ ਜਦੋਂ ਤੁਸੀਂ ਹੁਣ ਇੰਨਾ ਹੀ ਕਹਿੰਦੇ ਹੋ, ਕੋਈ ਗੱਲ ਨਹੀਂ ਬਾਪੂ ਹੁਣ ਮੈਂ ਕਿਤੇ ਨਹੀਂ ਆਉਂਦੀ। ਕੋਈ ਇਹਦੇ 'ਚ ਤੇਰੀ ਗਲਤੀ ਹੈ ਕਿ ਮੇਰੀ ਗਲਤੀ ਹੈ? ਨਾ ਬਾਪੂ ਇਹ 'ਚ ਤੇਰੀ ਗਲਤੀ ਹੈ ਨਾ ਮੇਰੀ ਗਲਤੀ ਹੈ। ਫਿਰ ਜਦੋਂ ਆਪਣੀ ਕਿਸੇ ਦੀ ਗਲਤੀ ਨਹੀਂ ਆਪਾਂ ਤਾਂ ਇਸ ਗੱਲ ਨੂੰ ਮਹਿਸੂਸ ਕਰੀਏ ਵੀ ਸਾਡੀ ਗਲਤੀ ਹੈ, ਤਾਂ ਆਪਾਂ ਮੂੰਹ ਲੁਕੋਈਏ, ਮੂੰਹ ਤਾਂ ਉਹਨੇ ਲੁਕੋਇਆ ਆਪਾਂ ਥੋੜ੍ਹੀ ਲੁਕੋਇਆ। ਇਹ ਤਾਂ ਹੈ ਬਾਪੂ, ਹੈ ਚੱਲ ਆਪਾਂ ਤਾਂ ਕਹਿੰਦੇ ਬਾਪੂ ਜਦੋਂ ਮਰਜ਼ੀ ਆਵੇ, ਆਉਂਦੇ ਨੂੰ ਦਰਵਾਜ਼ੇ ਪਏ ਨੇ ਖੁੱਲ੍ਹੇ। ਜਿਹੜਾ ਪੁੱਤ ਮੇਰੇ ਕੰਮ ਕਰਨ ਵਾਲਾ ਹੈ ਉਹ ਮੈਂ ਕਰਦਿਆਂ, ਰੱਬ ਦੇ ਘਰ ਦਾ ਕੀ ਪਤਾ ਹੁੰਦਾ ਕਦੋਂ ਕੁਛ ਹੋ ਜਾਵੇ, ਠੀਕ ਹੈ ਨਾ? ਵੀ ਆਹ ਜਿਹੜਾ ਜ਼ਮੀਨ ਦਾ ਕੰਮ ਹੈ ਤਾਂ ਮੈਂ ਕਰਦਿਆਂ, ਕੱਲ੍ਹ ਨੂੰ ਕੁਛ ਹੋ ਗਿਆ ਨਾ ਫਿਰ ਨਾ ਤੇਰੇ ਪੈਰ ਲੱਗਣੇ ਨੇ, ਮੈਂ ਤਾਂ ਵਗ ਹੀ ਜਾਣਾ, ਠੀਕ ਹੈ ਨਾ? ਅਤੇ ਇਹ ਗੱਲ ਹੈ ਪੁੱਤ, ਤੂੰ ਜਮਾਂ ਫਿਕਰ ਨਾ ਕਰਕੇ ਊਂ ਜਾਣਾ ਪੇਕੇ ਜਾਇਆ, ਮੈਂ ਤੈਨੂੰ ਜਮਾਂ ਨਹੀਂ ਕਹਿੰਦਾ, 2 ਦਿਨ ਲਾ 4 ਦਿਨ ਲਾ, ਅਤੇ ਪਰ ਇੱਥੇ ਘਰ ਤੇਰੇ ਨਾਲ ਹੀ ਖੁੱਲ੍ਹਾ ਪੁੱਤ, ਠੀਕ ਹੈ ਨਾ? ਠੀਕ ਹੈ ਬਾਪੂ, ਨਾ ਬਾਪੂ ਮੈਂ ਤਾਂ ਜਾਂਦੀ ਨਹੀਂ ਹੁਣ ਪੇਕੇ, ਫਿਰ ਤੁਹਾਡੀ ਰੋਟੀ ਦਾ ਔਖਾ ਹੋ ਜੂਗਾ, ਕੌਣ ਬਣਾਊਗਾ? ਪਹਿਲਾਂ ਤਾਂ ਚੱਲ ਚੰਨੀ ਬਣਾ ਲੈਂਦਾ ਸੀ ਜਦੋਂ ਮੈਂ ਬਾਗ ਬੋਗ ਜਾਂਦੀ ਸੀਗੀ। ਪੁੱਤ ਤੇਰੇ ਨਾਲ ਤਾਂ ਘਰ ਖੁੱਲ੍ਹਾ, ਜਦੋਂ ਤੂੰ ਹੀ ਬਾਗੀ ਘਰ ਤਾਂ ਇੱਥੇ ਜਿੰਦਾ, ਮੇਰਾ ਕੀ ਹੈ, ਮੈਂ ਤਾਂ ਸਾਰਾ ਸਾਰਾ ਦਿਨ ਨਹੀਂ ਆਉਂਦਾ ਕਈ ਵਾਰੀ, ਕਿਉਂ ਮੈਨੂੰ ਫਿਕਰ ਨਹੀਂ ਹੁੰਦਾ ਪਿੱਛੇ। ਇਹ ਤਾਂ ਹੈ ਬਾਪੂ, ਕੋਈ ਨਾ ਬਾਪੂ ਤੁਸੀਂ ਟੈਨਸ਼ਨ ਨਾ ਲਓ, ਅਸੀਂ ਮਾਮਾ ਧੀਆਂ ਕਿਤੇ ਨਹੀਂ ਆਉਂਦੀਆਂ, ਮੈਂ ਵੀ ਹੁਣ ਕੁੜੀਆਂ ਨੂੰ ਨਾ ਸਮਾ ਕੇ ਆਈ ਸੀਗੀ ਅਤੇ ਉਹਨੂੰ ਦਵਾਈ ਦਿੱਤੀ ਸੀਗੀ। ਚੱਲ ਪੁੱਤ ਹੁਣ ਤੂੰ, ਮੈਂ ਜਿਹੜਾ ਕੰਮ ਸੋਚਿਆ MLA ਨੇ ਮੈਨੂੰ ਇਹੀ ਰਾਏ ਦਿੱਤੀ ਹੈ ਅਤੇ ਆਹ ਕੰਮ ਮੈਂ ਕਰਦਾ, ਠੀਕ ਹੈ ਨਾ? ਕੋਈ ਨਾ ਬਾਪੂ, ਜੇ ਤੁਸੀਂ ਮੇਰੇ ਨਾਲ ਹੋ
ਫਿਰ ਮੈਨੂੰ ਕਿਹੜੀ ਗੱਲ ਦਾ ਡਰ ਹੈਗਾ। ਚੱਲ ਪੁੱਤ ਰੋਟੀ ਪਾਣੀ ਬਣਾ ਦੂੰ। ਹਾਂ ਆਪੂ ਮੈਂ ਰੋਟੀ ਬਣਾਉਣੀ ਹੈ, ਫਿਰ ਮੈਂ ਕਰਵਾ ਦੂੰ ਸਾਰਾ ਕੰਮ। ਕੋਈ ਗੱਲ ਨਹੀਂ ਬਾਪੂ, ਤੁਹਾਡੇ ਨਾਂ ਆ ਕਿ ਮੇਰੇ ਨਾਂ ਆ, ਨਹੀਂ ਨਹੀਂ ਪੁੱਤ ਇਹ ਜਿਹੜੀ ਕਾਗਜ਼ੀ ਕਾਰਵਾਈ ਹੈ ਨਾ, ਇਹ ਜ਼ਰੂਰੀ ਹੈ, ਇਹ ਹੋਣੀ ਚਾਹੀਦੀ ਹੈ। ਪਿੱਛੋਂ ਤਾਂ ਹਰੇਕ ਹੀ ਮਾਲਕ ਬਣ ਜਾਂਦਾ ਆ ਕੇ। ਇਹ ਤਾਂ ਗੱਲ ਤੁਹਾਡੀ ਠੀਕ ਹੈ। ਹਾਂ ਇਹ ਕਾਗਜ਼ੀ ਕਾਰਵਾਈ ਜ਼ਰੂਰੀ ਹੈ, ਇਹ ਤਾਂ ਮੈਂ ਜ਼ਰੂਰ ਕਰਵਾਊਂਗਾ ਵੀ ਜਿੰਨਾ ਚਿਰ ਮੈਂ ਬੈਠਾ ਬੈਠਾ, ਨਹੀਂ ਫਿਰ ਤੁਹਾਡੀ ਹੋਈ ਹੈ ਭਾਈ। ਨਾ ਕੋਈ ਨਾ, ਚੰਗਾ ਮੈਂ ਆਪੂ ਰੋਟੀ ਬਣਾਉਣੀ ਹੈ। ਚੰਗਾ ਪੁੱਤ ਠੀਕ ਹੈ। ਦੱਸ ਕੁੜੀ ਵੀ ਡੋਲੀ ਬੈਠੀ ਹੈ ਜੀ, ਮੇਰਾ ਕੀ ਹੈ, ਬੰਦੇ ਬਿਨਾਂ ਹੁੰਦਾ ਵੀ ਕੀ ਹੈ ਘਰੇ। ਅਤੇ ਫਿਰ ਜਦੋਂ ਹੁਣ ਬੰਦਾ ਬਣ ਕੇ ਰਹੇ ਨੇ ਤਾਂ ਪਸ਼ੂਆਂ ਵਾਲੀ ਗੱਲ ਕਰ ਗਿਆ। ਚਲੋ ਦੇਖੀ ਜਾਓ ਜਿਵੇਂ ਕੁਛ ਬਣਦਾ, ਠੀਕ ਹੈ। ਚਲ ਠੀਕ ਹੈ, ਨਾ ਨਾ ਕੋਈ ਨਹੀਂ, ਚੰਗਾ ਠੀਕ ਹੈ ਜੀ। ਫਿਰ ਤੂੰ ਅੰਦਰ ਜਾ ਕੇ ਬਹਿ ਗਈ, ਹੋਰ ਫਿਰ ਮੈਂ ਕੀ ਕਰਾਂ। ਤੂੰ ਤੇ ਮੰਜੇ ਤੇ ਪੈ ਜਾਣਾ ਬੈਠਾ ਸੀ, ਮੈਂ ਕੀ ਕਿਵੇਂ ਆਇਆ ਸੀਗਾ ਉਹ। ਉਹ ਤਾਂ ਉਹੀ ਗੱਲ ਜਿਹੜੀ ਤੂੰ ਪੁੱਛਦੀ ਸੀ ਮੈਨੂੰ। ਸੱਚੀ ਹੈ ਫਿਰ ਇਹ ਗੱਲ? ਗੱਲ ਤਾਂ ਸੱਚੀ, ਉਹ ਵੀ ਐਂ ਬਹੁਤਾ ਸੀ ਮੈਨੂੰ, ਕਹਿੰਦਾ ਮੈਂ ਹੁਣ ਕਿਵੇਂ ਕਰਾਂ, ਹਾਂ ਕੀ ਕਰਨਾ ਚਾਹੀਦਾਗਾ। ਤੇ ਐਂ ਪੁੱਛਦਾ, ਤੈਨੂੰ ਪਤਾ ਲੱਗ ਗੱਲ ਦਾ? ਮਹਾਂ ਗੱਲ ਦਾ ਤਾਂ ਮੈਨੂੰ ਪਤਾ ਲੱਗ ਗਿਆ, ਮੈਨੂੰ ਦੱਸਤਾ ਸੀ ਸੱਸੂ ਮਾਂ ਨੇ। ਅਤੇ ਐਂ ਕਹਿੰਦਾ ਸੀ ਵੀ ਮੈਂ ਹੁਣ ਕਰਾਂ ਕੀ ਕਰਾਂ, ਵੀ ਕੀ ਕਰਨਾ ਚਾਹੀਦਾ ਮੈਨੂੰ, ਠੀਕ ਹੈ। ਮੈਂ ਤਾਂ ਉਹਨੂੰ ਫਿਰ ਐਂ ਜਿਹੀ ਗੱਲ ਕਹੀ ਤੀ, ਦੇਖ ਮੈਂ ਕਿਹਾ ਉਹ ਤੇਰਾ ਪੁੱਤ ਹੈ, ਇਹ ਹੁਣ ਧੀ ਹੈ ਜਦੋਂ ਘਰੇ ਆ ਗਈ। ਤੂੰ ਮੈਂ ਐਂ ਕਰ ਵੀ ਆਉਣਾ ਹੋਊ ਨਾ ਆਉਣਾ ਹੋਊ ਤੇ ਖੁਸ਼ੀ ਰਹਿ ਗਈ, ਵੀ ਜਿਹੜੀ ਹੁਣ ਜ਼ਮੀਨ ਜਾਇਦਾਦ ਆ ਕੇਰਾਂ ਤੂੰ ਇਹਦੇ ਨਾਂ ਕਰਾ ਦੇ, ਠੀਕ ਹੈ। ਮੈਂ ਕਹਿੰਦਾ ਜਿੰਨਾ ਚਿਰ ਕਮਾਇਆ ਬੈਠਾ ਭਾਈ ਮੇਰੀ ਆ, ਬਾਅਦ 'ਚ ਮੇਰੀ ਧੀ ਦੀ ਆ, ਕਿਸੇ ਦਾ ਨਹੀਂ, ਮੈਂ ਉਹਦਾ ਨਾ ਮਾਂ ਟਿਕ ਜੂਗਾ, ਇੰਨੇ ਇੰਨਾ ਲਾਲਚ ਨਾਲ ਉਹ ਆਪਦੀ ਜਵਾਕਰੀ ਪਾਲ ਲੂਗੀ। ਬਸ ਜਿਹੜੀ ਗੱਲ ਹੈ, ਫਿਰ ਮਿਲ ਜੂ ਉਹਨੂੰ। ਹਾਂ ਜਮੀਨ ਜਿੰਨਾ ਚਿਰ ਹੈਗਾ ਬੁੜਾ, ਉਹਨਾਂ ਚਿਰ ਇਹਦੀ ਹੈ, ਬਾਅਦ ਚ ਆਪੇ ਉਹਦੇ ਨਾਂ ਤੇ ਹੋ ਜੂਗੀ, ਪੋਤੀ ਦੇ ਨਾਂ ਤੇ ਕਰਾਉਂਦਾ ਆਪਦੀ ਤੇ। ਮੈਨੂੰ ਤਾਂ ਚੜ੍ਹਨੇ ਆਈ ਨੀ ਸਮਝ ਆਉਂਦੀ ਵੀ ਆਪਣੇ ਘਰਾਂ 'ਚ ਇੰਨਾ ਕਿਉਂ ਬੜਾ, ਆਪਣੇ ਰਿਸ਼ਤੇਦਾਰਾਂ ਨਾਲ ਵੀ ਇੰਨੇ ਦੁੱਖ ਹੋਈ ਜਾਂਦੇ ਤੇ ਆਪਾਂ ਵੀ ਦੇਖ ਲਾ ਹਨਾ, ਗੱਲ ਕੀ ਹੈ? ਉਹ ਆਪਣੇ ਨਾਲ ਨਹੀਂ ਹੁੰਦਾ, ਜਾਂ ਕਹਾਂ ਵੀ ਮੈਂ ਆ ਵੀ ਮੇਰਾ ਨਾਂ ਕੁਛ ਹੋ ਜਾਂਦਾ, ਜਾਂ ਰਿਸ਼ਤੇਦਾਰਾਂ ਨੂੰ ਇਹ ਕੁਛ ਹੋ ਜਾਂਦਾ, ਇਹ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜਾ ਕੁਛ ਕਹਿੰਦੇ ਤਕਦੀਰ 'ਚ ਲਿਖਿਆ ਹੁੰਦਾ ਨਾ, ਆਪਾਂ ਤਾਂ ਕਹਿ ਦਿੰਦੇ ਹਾਂ ਆਹ ਜਿਹਨੇ ਲਿਖੀ ਤਰ੍ਹਾਂ ਜਾਣੀਆਂ, ਲਿਖੀ ਤਰ੍ਹਾਂ ਜਾਂ ਕੋਈ ਆਈ ਨੂੰ ਜਾਂਦੀ ਹੈ, ਕੋਈ ਆਇਆ ਨਹੀਂ ਜਾਂਦੀ, ਆਹ ਦੇਖ ਆਹ ਬਾਘੇ ਪੁਰਾਣੇ ਨੂੰ ਜਾ ਜਾਂਦੀ ਹੈ, ਇਹ ਇੱਥੋਂ ਮੋੜ ਪਾ ਕੇ ਬਠਿੰਡੇ ਵਾਲੀ ਸਾਈਡ ਹੋਊਗੀ, ਤੇ ਆਹ ਇਹਦਾ ਨਥਾਣੇ ਤੋਂ ਗੋਨੇ ਵਾਲੀ ਸਾਈਡ ਹੋਊਗੀ, ਲੈ ਸੜਕ ਕਿੱਧਰ ਦੀ ਕਿੱਧਰ ਨਿਕਲਦੀ ਹੈ ਦੇਖ ਜਾਂਦੀ ਹੈ। ਉਹੀ ਤਾਂ ਗੱਲ ਹੈ, ਆਪਾਂ ਸੜਕ ਤਾਂ ਕਹਿ ਦਿੰਦੇ ਵੀ ਸੜਕੋ ਸੜਕ ਜਾਣਾਗਾ, ਆਪਾਂ ਤਾਂ ਸੜਕ ਸੜਕ ਪਾ ਜਾਂਗੇ, ਇਹ ਸੜਕੋ ਸੜਕ ਨਹੀਂ ਜਾਂਦੀ, ਇਹਨੂੰ ਤਾਂ ਜਿੱਥੇ ਜਾਣਾ ਉੱਥੇ ਜਾ ਕੇ ਖੜਨਾ, ਜੇ ਮੰਨ ਕੇ ਚੱਲ ਦੁੱਖ ਆਉਣਾਗਾ ਤਾਂ ਦੁੱਖ ਆ ਕੇ ਰਹੂਗਾ, ਇੱਕ ਕੋਈ ਰੋਕ ਵੀ ਨਹੀਂ ਸਕਦਾ, ਇਹਨੂੰ ਕੋਈ ਰੋਕ ਨਹੀਂ ਸਕਦਾ, ਕਰਮਾ ਚ ਆਪਣੇ ਲਿਖਿਆ ਪਰਮਾਤਮਾ, ਬਸ ਜਿਹੜੀ ਚੀਜ਼ ਉਹਨੇ ਲਿਖੀ ਆ ਆਪਾਂ ਕਹਿ ਦਿੰਦੇ ਆ ਆਹ ਬੰਦੇ ਦੀ ਸਾਰੀ ਬਣਾਂਗੀ, ਇਹਨੂੰ ਕੋਈ ਦੁੱਖ ਹੀ ਨਹੀਂ ਆਇਆ, ਤੇ ਆਹ ਬੰਦੇ ਦੇ ਕੋਈ ਵਿੱਚ ਬੰਦੇ ਇਹੋ ਜਿਹੇ ਹੁੰਦੇ ਆ ਸਾਰੀ ਉਮਰ ਉਹਨੂੰ ਦੁੱਖੀ ਆਈ ਜਾਂਦੇ, ਦੁੱਖੀ ਦੁੱਖਾਂ 'ਚ ਹੀ ਰਹਿੰਦਾ, ਦੁੱਖਾਂ 'ਚ ਰਹਿੰਦਾ ਕਿ ਨਹੀਂ ਰਹਿੰਦਾ, ਉਹੀ ਤਾਂ ਇਹ ਬਸ ਉਹਦੇ ਖੇਲ ਆ, ਉਹੀ ਜਾਣਦਾ ਗਾ, ਇਹਦਾ ਆਪਣੇ ਕਹਿੰਦੇ ਹੁੰਦੇ ਆ ਗੁਨਾਹ ਗੇ ਅਗਲੇ ਪੁਰਾਣੇ ਕਰੇ ਵੇ, ਆਪਾਂ ਦੁੱਖ ਭੋਗ ਜਾਂਦੇ ਹਾਂ, ਉਹ ਮੂਹਰੇ ਆਉਂਦੇ ਆ, ਮੂਹਰੇ ਆਉਂਦੇ ਆ, ਆਪਾਂ ਕਹਿੰਦੇ ਹਾਂ ਐਤਕੀ ਤਾਂ ਕੁਛ ਨਹੀਂ ਕਰਿਆ, ਜਿਹੜਾ ਹੁਣ ਆਪਾਂ ਇੱਥੇ ਜਨਮ ਲੈ ਲਿਆ ਦੁਬਾਰੇ, ਜਿਹੜਾ ਆਪਾਂ ਹੁਣ ਨਾਮ ਜਪਾਂਗੇ ਜਾਂ ਪਰਮਾਤਮਾ ਦਾ ਨਾਮ ਲੈਂਦੇ ਹਾਂ, ਇਹ ਤਾਂ ਆਪਣੇ ਹੁਣ ਗਾਹਾਂ ਮੂਹਰੇ ਜਾ ਕੇ ਕੰਮ ਆਊਗਾ, ਹੁਣ ਥੋੜੇ ਕੰਮ ਆਜੂਗਾ, ਗਾਹਾਂ ਵਾਲੇ ਜਨਮ 'ਚ ਕੰਮ ਆਊ, ਬਾਹਲੇ ਕਹਿ ਦਿੰਦੇ ਆ ਉਹ ਤਾਂ ਦੋ ਦੋ ਘੰਟੇ ਪਾਠ ਕਰ ਦਿੰਦੇ ਤਿੰਨ ਤਿੰਨ, ਵੀ ਜੇ ਆਪਾਂ ਕਰਦੇ ਆ ਉਹਦੇ ਨਾਲ ਆਪਾਂ ਨੂੰ ਚੱਲ ਮਨ ਨੂੰ ਸ਼ਾਂਤੀ ਮਿਲਦੀ ਆ, ਘਰੇ ਸੁੱਖ ਸ਼ਾਂਤੀ ਰਹਿੰਦੀ ਹੈ, ਵੀ ਜਿਹੜਾ ਇਹਦਾ ਫਲ ਆ ਉਹ ਤਾਂ ਆਪਾਂ ਨੂੰ ਗਾਹਾਂ ਨੂੰ ਮਿਲੂਗਾ ਨਾ, ਫਲ ਤਾਂ ਗਾਹਾਂ ਹੀ ਮਿਲਦਾ, ਗਾਹਾਂ ਮਿਲੂਗਾ ਵੀ ਆਪਾਂ ਕੀ ਕਰਕੇ ਆਏ ਆ, ਗਾਹਾਂ ਨੂੰ ਜ਼ਿੰਦਗੀ ਫਿਰ ਬੰਦੇ ਸੌਖੀ ਲੰਘ ਜਾਂਦੀ, ਜੇ ਐਤਕੀ ਆਪਣੀ ਦੁੱਖਾਂ ਦੀ ਲੰਘ ਗਈ ਤੇ ਗਾਹਾਂ ਨੂੰ ਆਪਣੇ ਸੁੱਖਾਂ 'ਚ ਵੀ ਆਊ। ਹਾਂ ਮੈਂ ਤਾਂ ਇਹੀ ਸੋਚੀ ਜਾਂਦੀ ਹਾਂ ਵੀ ਮਨਾ ਦੇਖ ਸੁੱਖ ਨਾਲ ਤੂੰ ਵੀ ਐਡਾ ਹੋ ਗਿਆ, ਮੇਰੇ ਹੱਥਾਂ 'ਚ ਜੰਮਿਆ ਪਾਲਿਆ, ਮੇਰੇ ਪੋਤੇ ਪੋਤੀਆਂ ਵੀ ਐਡੇ ਐਡੇ ਹੋ ਗਏ,
ਵੀ ਕਿਸੇ ਪਾਸੋਂ ਮੈਨੂੰ ਵਧੀਆ ਖੁਸ਼ੀ ਦੀ ਖਬਰ ਕਿਉਂ ਨਹੀਂ ਮਿਲਦੀ? ਕਦੇ ਕੁਛ ਹੋ ਗਿਆ, ਕਦੇ ਕੁਛ। ਮੇਰੇ ਤਾਂ ਨਾ ਅੱਜ ਇਹੀ ਗੱਲ ਤੇ ਦਿਮਾਗ ਤੇ ਪਈ ਪਈ ਹੈ, ਸਿਰ ਦੁਖਣ ਲੱਗ ਗਈ। ਉਹ ਨਹੀਂ ਮਾਂ, ਐਂਦਾ ਜਿੰਨੀਆਂ ਮਰਜ਼ੀ ਸੋਚੀ ਚੱਲ, ਸਾਨੂੰ ਕਦੇ ਆਹ ਗੱਲਾਂ ਦਾ ਤੈਨੂੰ ਵੱਧ ਪਤਾ ਹੋਣਾ ਚਾਹੀਦਾ। ਇਹ ਤਾਂ ਕਹਿੰਦੇ ਹੁੰਦੇ ਆ ਜੇ ਬੰਦੇ ਨੂੰ ਦੁੱਖ ਨਾ ਆਉਣਗੇ ਤੇ ਫਿਰ ਉਹਨੂੰ ਕੀ ਪਤਾ ਲੱਗਦਾ ਕੀ ਚੀਜ਼ ਹੁੰਦੀ ਹੈ ਦੁਨੀਆਦਾਰੀ। ਕੀ ਸੁੱਖ ਦੁੱਖ ਦੇ ਹੁੰਦਾ, ਬੰਦੇ ਕੀ ਸੁੱਖ ਹੋਣ, ਦੁੱਖ? ਜੇ ਸੁੱਖੇ ਆਈ ਜਾਣਗੇ ਫਿਰ ਦੁੱਖ ਕਿਹਨੂੰ ਜਾਣਗੇ? ਇਹ ਤਾਂ ਕਹਿੰਦੇ ਹੁੰਦੇ ਢਲ ਦੇ ਵਸਾਵੇ ਆ, ਕਿਸੇ ਨੂੰ ਦੁੱਖ ਕਦੇ ਸੁੱਖੇ ਤਾਂ ਆਉਂਦੇ ਰਹਿੰਦੇ ਆ, ਪਰ ਜ਼ਿੰਦਗੀ 'ਚ ਆਪਾਂ ਤਾਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਵੀ ਘਰੇ ਕਹਿੰਦੇ ਹੁੰਦੇ ਤਫਾਕ ਬਣਿਆ ਰਹੇ, ਸੁੱਖ ਸ਼ਾਂਤੀ ਬਣੀ ਰਹੇ, ਵੀ ਜਿਹੜੀ ਸਾਡੀ ਆਹ ਉਮਰ ਪਰਮਾਤਮਾ ਨੇ ਦਿੱਤੀ ਹੈ ਨਾ ਇਹ ਵਧੀਆ ਲੰਘ ਜਾਏ ਆਪਣੀ, ਬਸ ਵਧੀਆ। ਤੇ ਹੁਣ ਸੱਚ ਨਾਲੇ ਮਨੂ ਤੇ ਨਾਲੇ ਆਪਣਾ ਪ੍ਰਭ ਦਾ ਕੀ ਸੋਚਿਆ ਵਿਆਹ ਬਾਰੇ, ਕਿ ਪ੍ਰਭ ਅੱਗੇ ਹੋਰ ਕਰੂਗਾ ਪੜ੍ਹਾਈ ਪੜੂਈ ਆਪਦੀ, ਕੋਈ ਕੋਰਸ ਕੁਰਸ ਕਰੂਗਾ? ਚਲੋ ਤਾਂ ਨਾ ਦੇਖ ਦੇਵਾਂਗੇ। ਇੱਕ ਗੱਲ ਹੋਰ ਸੀਗੀ, ਹਾਂ ਮੈਂ ਨਾ ਤੇਰੇ ਤੋਂ ਪਰਦਾ ਰੱਖੀ ਬੈਠਾਂਗਾ। ਕਾਹਦਾ? ਤੂੰ ਤਾਂ ਬਾਅਦ 'ਚ ਦੱਸਦਾ ਉਹਨੇ। ਹੁਣ ਤੈਨੂੰ ਦੱਸਾਂ ਕਿ ਨਾ ਦੱਸਾਂ? ਹਾਂ ਦੱਸਾਂ ਕਿ ਨਾ, ਬਾਅਦ 'ਚ ਦੱਸੋ ਜਦੋਂ ਕਪਾਲ 'ਚ ਪਾਈ ਦੀਆ ਕੁਛ। ਚੱਲ ਤੈਨੂੰ ਮੈਂ ਮਿਲਾਉਣਾਗਾ, ਜਿਹੜਾ ਆਹ ਮੁੰਡਾ ਨੀ ਜਿਹਦਾ ਕਿਹੜਾ ਆਪਣੇ ਭਰਾ ਬਣਾ ਆਇਆ ਗਾ, ਆਹੋ ਲਾਡੀ, ਹਾਂ ਇਹ ਰੀਤ ਦਾ ਮੁੰਡਾ ਗਾ। ਅੱਛਾ, ਜਦੋਂ ਰੀਤ ਆਪਣੇ ਘਰੋਂ ਗਈ ਹੈ ਹਾਂ ਉਹਦੇ ਕੋਲ ਬੱਚਾ ਹੋਣ ਵਾਲਾ ਸੀ 4 ਮਹੀਨੇ 5 ਦਾ, ਇਹ ਗੱਲ ਦਾ ਨਾ ਤਾਂ ਮੈਨੂੰ ਪਤਾ ਸੀ ਨਾ ਤੈਨੂੰ ਪਤਾ ਸੀ, ਉਹ ਐਂ ਸਮਝ ਲਿਆ ਉਹ ਵੀ ਤੇਰਾ ਪੁੱਤ ਹੀ ਆ। ਅੱਛਾ, ਆ ਹੁਣ ਪਤਾ ਲੱਗ ਗਿਆ ਹੁਣ ਲੱਗ ਗਿਆ ਪਤਾ ਹੈ। ਹਾਂ ਮੈਂ ਤੈਨੂੰ ਦੱਸੀ ਨਹੀਂ ਗੱਲ, ਕੱਲ੍ਹ ਮੈਂ ਮੇਰੀ ਸੱਸ ਨੂੰ ਵੀ ਗੱਲ ਮੈਂ ਕੱਲ੍ਹ ਦੱਸੀ ਹੈ ਜੀ। ਉਹਨੂੰ ਵੀ ਨਹੀਂ ਪਤਾ ਸੀ? ਉਹਨੂੰ ਤਾਂ ਪਤਾ ਸੀ, ਉਹਨੂੰ ਪਤਾ ਸੀਗਾ। ਫੇਰ ਹੀ ਆਹ ਜਿਹੜਾ ਰਵੀ ਨੂੰ ਮਾਰਿਆ, ਰਵੀ ਨੂੰ ਉਸ ਨੇ ਮਾਰਿਆ, ਰਵੀ ਨੂੰ ਮਾਰਤਾ ਉਹਨੇ। ਅੱਛਾ, ਆਪਾਂ ਤਾਂ ਉੱਤੋਂ ਦੇ ਹੋ ਕੇ ਬਾਹਰ ਦੇ ਬਾਹਰ ਮੁੰਡੇ ਕੰਮ ਕਰੀ ਜਾਂਦੇ ਰਹਿੰਦੇ। ਆਪਾਂ ਕਹਿੰਦੇ ਮੈਂ ਕੱਲ੍ਹ ਉਹਨੂੰ ਗਾਲਾਂ ਦੇ ਗੇਟੇ, ਮੈਂ ਤੁਸੀਂ ਇਹ ਕੰਮ ਨਾ ਕਰਿਆ, ਹੁਣ ਜਵਾਨ ਤਾਂ ਮੈਂ ਕਰਾਈ ਉਹਦੀ ਲਾਡੀ ਦੀ, ਪਰ ਮੈਨੂੰ ਤਾਂ ਕੁਛ ਕਰਨਾ, ਮੈਂ ਤੇਰੇ ਕੋਲ ਦੱਸਿਆ ਨਹੀਂ, ਮੈਂ ਫਿਰ ਫਿਕਰ ਕਰਨ ਲੱਗ ਜਾਂਦੀ ਹੈ। ਨਵੀਆਂ ਨਵੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਮੈਨੂੰ ਤਾਂ, ਫਿਰ ਆਈ ਤਾਂ ਮੇਰੇ ਤੇ ਲੋਡ ਪੈ ਜਾਂਦਾ ਹੈਗਾ। ਫਿਰ ਤੈਨੂੰ ਦੱਸਦਾ ਨਾ, ਹੁਣ ਤਾਂ ਮੈਂ ਲਘੂ ਨਹੀਂ ਰੱਖਿਆ। ਉਦੋਂ ਦੱਸਿਆ ਜਦੋਂ ਸਿਰ ਉੱਤੋਂ ਦੀ ਪਾਣੀ ਵਗ ਜਾਂਦਾ, ਉਦੋਂ ਜਵਾਨਤਾਂ ਵੀ ਕਰਾਤੀਆਂ, ਫੜਿਆ ਵੀ ਗਿਆ, ਰਵੀ ਨੂੰ ਮਾਰ ਵੀ ਦਿੱਤਾ, ਫੇਰ ਦੱਸਿਆ। ਦੇਖ ਲੈ ਕਿੱਡੀਆਂ ਵੱਡੀਆਂ ਗੱਲਾਂ ਹੋ ਗਈਆਂ ਇਹ। ਬੜਾ ਯਾਰ ਭਰਾ ਯਾਰ, ਕੱਲ ਤਾਂ ਕੁਝ ਵੀ ਨਹੀਂ ਮਿਲਿਆ ਆਪਾਂ ਨੂੰ, ਮੇਰਾ ਦਿਮਾਗ ਖਰਾਬ ਕਰਤਾ ਯਾਰ। ਹੋਰ ਨਾਲੇ ਘਰੇ ਅੱਜ ਵੱਡਾ ਰਿਸਕ ਲੈਤਾ, ਐਣੀ ਪਤਾ ਉਹਨੇ ਦੱਸਤਾ ਹੋਵੇ ਉਹਨੇ ਕੀ ਆ, ਉਹ ਆਪਣੀ ਸਿਕਿਉਰਿਟੀ ਗਾਰਡ ਜੀ ਯਾਰ। ਉਹ ਸਿਕਿਉਰਿਟੀ ਗਾਰਡ ਨਹੀਂ, ਉਹ ਮਾਸੀ ਆਪਣੀ, ਉਹ ਚੱਲ ਮਾਸੀ ਲਾ ਲਾ, ਦੱਸਦੀ ਤਾਂ ਨਹੀਂ ਉਹ, ਪਤਾ ਨਹੀਂ ਉਹਦਾ ਕੁਛ ਯਾਰ, ਮੈਨੂੰ ਤਾਂ ਲੱਗਦਾ ਦੱਸ ਨਾ ਦਿੱਤਾ ਹੋਵੇ ਉਹਨੇ, ਜਿਹੜੇ ਤਾਂ ਹੁਣ ਕਹੀ ਜਾਂਦੀ ਦੱਸੂਗੀ। ਦੱਸਤਾ ਉਹ ਉਹਨੇ ਤਾਂ ਇਹ ਜੀ ਆ ਹੋਰ। ਚੱਲ ਹੁਣ ਤੂੰ ਮੇਰੀ ਗੱਲ ਸੁਣ ਯਾਰ, ਘਰੇ ਕੋਈ ਗੱਲ ਨਾ ਛੇੜੀ, ਠੀਕ ਹੈ ਨਾ? ਘਰੇ ਮੈਂ ਤਾਂ ਨਹੀਂ ਕਹਿੰਦਾ, ਤੂੰ ਆਪ ਲੈ ਕੇ ਗਿਆ ਵੀ ਚੱਲ ਚੱਲ, ਮੈਨੂੰ ਪਤਾ ਕਿੱਥੇ ਕਿੱਥੇ ਹੋਣਗੇ ਉਹ। ਪਰ ਉੱਥੇ ਕੁਝ ਮਿਲੀ ਨਹੀਂ, ਹੁਣ ਮੈਂ ਕੀ ਕਰਦਾ? ਕੋਈ ਨਹੀਂ ਹੈਗਾ, ਨਾ ਕਰਮਜੀਤ ਸੀਗਾ ਨਾ ਉਹਦੇ ਨਾਲ ਦਾ ਸਾਥੀ ਸੀ, ਕੁਛ ਤਾਂ ਪਤਾ ਲੱਗੇ। ਕੋਈ ਨਾ ਤੂੰ ਟੈਨਸ਼ਨ ਨਾ ਲੈ ਯਾਰ, ਆਪਾਂ ਐਂ ਕਰਦੇ ਹਾਂ, ਆਪਾਂ ਕੱਲ੍ਹ ਨੂੰ ਚੱਲਦੇ ਹਾਂ। ਹੈਂ? ਕੌਣ ਚੱਲਦੇ ਹਾਂ ਕੱਲ੍ਹ ਫਿਰ? ਆਪਾਂ ਕੱਲ੍ਹ ਨੂੰ ਚੱਲਦੇ ਹਾਂ, ਹੋਰ ਅਤੇ ਫਿਰ ਕਿਤੇ ਜਾ ਕੇ ਪਤਾ ਲੱਗੂਗਾ। ਐਂ ਤਾਂ ਘਰੇ ਬਹਿ ਕੇ ਤਾਂ ਗੱਲ ਨਹੀਂ ਬਣਨੀ, ਜੇ ਉਹਨਾਂ ਨੇ ਆਪਣੇ ਪਹਿਲਾਂ ਆਪਣੇ ਤੋਂ ਪਹਿਲਾਂ ਉਹਨਾਂ ਨੇ ਕੁਛ ਕਰਤਾ ਨਾ, ਔਖਾ ਹੋ ਜੂ। ਹੋਰ ਮੈਨੂੰ ਪਤਾ ਹੁਣ ਡੈਡੀ ਨੇ ਬਾਹਰ ਤਾਂ ਨਿਕਲਣ ਦੇਣਾ ਨਹੀਂ, ਠੀਕ ਆ, ਇਹ ਰਹੂਗਾ ਪੁਲਿਸ ਦੀ ਜਾਗ 'ਚ, ਠੀਕ ਆ। ਹੁਣ ਪੁਲਿਸ ਹੌਲੀ ਹੌਲੀ ਕੰਮ ਕਰੂ ਯਾਰ, ਆਪਦਾ ਆਪਦੀ ਤਕਨੀਕ ਨਾਲ। ਉਹ ਆਪਾਂ ਨੂੰ ਕੰਡਾ ਕੱਢਣਾ, ਪੁਲਿਸ ਨੇ ਨਹੀਂ ਕੰਮ ਕਰਨਾ, ਕੰਮ ਤਾਂ ਆਪਾਂ ਨੂੰ ਕਰਨਾ ਪੈਣਾ। ਡੈਡੀ ਬਾਜਾਂ ਮਰੀ ਜਾਂਦਾ ਕੀ ਹੋ ਗਿਆ? ਕਿਹੜਾ ਉਹ ਕਰਦੇ ਆ, ਕਿੱਥੇ? ਆ ਚੱਲੀ, ਕਿਹੜਾ ਪਤਾ, ਕਿੱਥੇ ਕਹਿੰਦਾ ਸੁਣੀ ਨਹੀਂ? ਆਈ ਹੁੰਦਾ ਆ ਪ੍ਰਭ, ਤੂੰ ਵੀ ਆ ਜੀ ਪੁੱਤ। ਚੱਲ ਯਾਰ, ਦੋਨੇ ਇਕੱਠੇ ਬੈਠੇ ਆ, ਇਕੱਠੇ ਰਹਿੰਦੇ ਆ ਹੁਣ, ਕਰਦੇ ਕੁਸਾ ਕਰਦੇ ਕੁਸਾ ਆਉਂਦਾ ਕੁਸਾ। ਹੋਰ ਦੱਸਦੇ ਕੁਸਾ, ਦੱਸਦੇ ਕੁਸਾ ਨਾ, ਉਹ ਤਾਂ ਸਿਆਣਾ ਹੈ ਆਪਣੇ ਭਰਾ ਵਾਂਗੂ। ਹਾਂਜੀ ਡੈਡੀ, ਹਾਂਜੀ ਡੈਡੀ, ਮੈਂ ਠੀਕ ਹਾਂ ਪੁੱਤਾ। ਠੀਕ ਹੈ, ਕੀ ਹੋ ਗਿਆ? ਸਤਿ ਸ਼੍ਰੀ ਅਕਾਲ। ਹਾਂ ਸੇ, ਮੈਂ ਤੇ ਦਾਦੀ ਨੂੰ ਹੁਣ ਗੱਲ ਦੱਸੀ ਇਹਦੇ ਬਾਰੇ, ਇਹਨੂੰ ਪਤਾ ਨਹੀਂ ਸੀ, ਇਹਨੂੰ ਦੱਸਣਾ ਜ਼ਰੂਰੀ ਹੈ ਨਾ। ਮਨ ਤਾਂ ਹੱਦ ਮੰਨ ਗਈ, ਮੈਂ ਤਾਂ ਆ ਕੀ ਗੱਲ ਦੱਸਦਾ ਹੀ ਸਾਰਾ, ਫਿਰ ਮੈਂ ਦੱਸਦੀ, ਮੈਂ ਗੱਲ ਆ ਸੀ ਭਾਈ, ਮੈਂ ਦੱਸ ਦੇਗੇ, ਦੱਸਣਾ ਜ਼ਰੂਰੀ ਹੈ ਨਾ।
ਚਲੋ ਵਧੀਆ ਦੱਸਤਾ ਜੀ ਤੁਸੀਂ ਹੁਣ ਗੱਲ ਦੱਬੀ ਤੇ ਹੋਣਾ ਜੀ ਜਿਹੜੀ ਗੱਲ ਹੋ ਗਈ ਹੁਣ ਦੱਬਣਾ ਦੱਬ ਉਹ ਨਹੀਂ ਤੇਰੀ ਗੱਲ ਵੀ ਦੱਸੇ ਵੀ ਇਹਦੀ ਮੁੰਡਾ ਨਹੀਂ ਦਿੰਦਾ ਇਹਨੂੰ ਪਤਾ ਨਹੀਂ ਜਦੋਂ ਤੱਕ ਮੈਨੂੰ ਜਦੋਂ ਦੱਸੇ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਰੀਤ ਨੇ ਕਿਹੜਾ ਫਿਰ ਦੱਸਿਆ ਵੀ ਚਲੋ ਕਾਹਨੂੰ ਐਵੇਂ ਘਰੇ ਗੱਲ ਵਧਾਉਣੀ ਐਵੇਂ ਟੈਨਸ਼ਨ ਲਈ ਜਾਣਗੇ ਵੀ ਐਂ ਹੋਵੇ ਵਾਹ ਮੈਂ ਤਾਂ ਦੱਸੇ ਨਹੀਂ ਫਿਰ ਇਹ ਵਾਹੀ ਟੈਨਸ਼ਨ ਲੈ ਜਾਂਦੀ ਹੈ ਫਿਰ ਇਹ ਕਹਿੰਦੇ ਮੈਨੂੰ ਜਾਣ ਕੇ ਪਾਸੇ ਰੱਖਤਾ ਤੁਸੀਂ ਮੇਰੇ ਕੋਲ ਜਾਣ ਕੇ ਗੱਲ ਨਹੀਂ ਕਰਦੇ ਤਾਂ ਕਰਕੇ ਦੱਸਿਆ ਹੁਣ ਇਹਨੂੰ ਪਤਾ ਲੱਗ ਗਿਆ ਇਹਦਾ ਮਨ ਜਾ ਖੜ ਦੇਖ ਪੁੱਤ ਪਤਾ ਤਾਂ ਲੱਗਣੋਂ ਰਹਿੰਦਾ ਨਹੀਂ ਹੁੰਦਾ ਭਾਵੇਂ ਖੂਹ 'ਚ ਵੜ ਕੇ ਗੱਲ ਕਰ ਲਿਆ ਉਹ ਵੀ ਆ ਜਾਂਦੀ ਹੈ ਬਾਹਰ ਪਤਾ ਨਹੀਂ ਲੱਗਣੋਂ ਰਹਿੰਦਾ ਹੁੰਦਾ ਘਰ ਦੇ ਬੰਦੇ ਨੂੰ ਆਹ ਗੱਲ ਦਾ ਦੁੱਖ ਨਹੀਂ ਆਉਂਦਾ ਇਹਨੂੰ ਆਹ ਗੱਲ ਦੀ ਤਾਂ ਖੁਸ਼ੀ ਆਊਗੀ ਵੀ ਮੇਰਾ ਦੋ ਪੋਤੇ ਆ ਮੇਰੇ ਹਾਂ ਮੈਨੂੰ ਤਾਂ ਖੁਸ਼ੀ ਹੈ ਜੋੜੀ ਹੋ ਗਈ ਮੇਰੇ ਤਾਂ ਪੋਤਿਆਂ ਦੀ ਹਾਂ ਹੈ ਨਾ ਰਲ ਮਿਲ ਕੇ ਕੰਮ ਕਰਿਓ ਹੁਣ ਚੰਗਾ ਹਾਂ ਇਹਨੂੰ ਸਮਝਾ ਦੇ ਅੱਗੇ ਤਾਂ ਜਿਹੜਾ ਕੰਮ ਕਰਨਾ ਹੈ ਕਰ ਲਿਆ ਵੀ ਜਿਹੜਾ ਕੰਮ ਕਰਨਾ ਸੀ ਉਹਨਾਂ ਨੇ ਆਪੇ ਦੇਖਣਾ ਹੁਣ ਤੁਸੀਂ ਸਮਝਦਾਰੀ ਨਾਲ ਕੰਮ ਕਰਨਾ ਹੈ ਬਸ ਜੀ ਸਾਨੂੰ ਬਹੁਤ ਸਮਝਾਤਾ ਪਹਿਲਾਂ ਤੁਸੀਂ ਸਮਝਾਤਾ ਉਹਦੇ ਨਾਨੀ ਸਮਝਾ ਗਈ ਹੁਣ ਤੁਸੀਂ ਸਮਝਾ ਦਿਓ ਬਸ ਮੈਂ ਬਾਹਲਾ ਕੁਛ ਨਹੀਂ ਬੋਲਦੀ ਪਰ ਜੋ ਤੁਹਾਨੂੰ ਸਮਝਾ ਹੀ ਦਿੱਤਾ ਪਹਿਲਾਂ ਤੇ ਉਹ ਖਿਆਲ ਦਿਮਾਗ 'ਚ ਰੱਖਿਆ ਉਹਦੀ ਗੱਲ ਜਿਹੜੀ ਤੁਹਾਨੂੰ ਸਮਝਾਈਆਂ ਨੇ ਠੀਕ ਹੈ ਨਾ ਸਿਆਣੇ ਬਣ ਕੇ ਰਹੋ ਮੈਨੂੰ ਤਾਂ ਖੁਸ਼ੀ ਹੈ ਜੋੜੀ ਹੋ ਗਈ ਮੇਰੇ ਤਾਂ ਪੋਤਿਆਂ ਦੀ ਹੈ ਨਾ ਹਾਂਜੀ ਚਲੋ ਨਾਲੇ ਤੋਂ ਉਹਨੂੰ ਸਹਾਰਾ ਤੇਰਾ ਤੇਰਾ ਤੇ ਉਹਨੂੰ ਤੇਰਾ ਠੀਕ ਹੈ ਇਹ ਤਾਂ ਹੈ ਹਾਂ ਵਧੀਆ ਉਹ ਸਹਾਰਾ ਤਾਂ ਹੈਗਾ ਆਪਾਂ ਨੂੰ ਵੀ ਸਹਾਰਾ ਹੀ ਆ ਹਾਂ ਸਾਨੂੰ ਤਾਂ ਹੈਗਾ ਹੀ ਹੈਗਾ ਆਪਾਂ ਤਾਂ ਹੈਗੇ ਹੈਗਾ ਹਾਂ ਕਹਿੰਦੇ ਹੁੰਦੇ ਇਕੱਲਾ ਇਕੱਲਾ ਹੀ ਹੁੰਦਾ ਤੇ 2-11 ਹੁੰਦੇ ਨੇ ਸਹੀ ਤਾਂ ਹੈ ਅੱਛਾ ਕਰੋ ਕੰਮ ਜਿਹੜਾ ਕਰ ਲੈ ਬੜੀ ਗੱਲ ਜੀ ਫਲਾਉਣਾ ਹੀ ਬਸ ਜਿਹੜਾ ਕੋਈ ਆਉਂਦਾ ਤੁਸੀਂ ਹਰੇਕ ਨੂੰ ਦੱਸ ਦਿੰਦੇ ਹੋ ਨਹੀਂ ਨਹੀਂ ਇਹ ਤਾਂ ਮੇਰੀ ਮਾਂ ਸੀ ਮੈਂ ਤਾਂ ਮਾਂ ਨੂੰ ਮਾਂ ਤਾਂ ਹੈਗੀ ਜੀ ਮੈਂ ਵੀ ਕਹਿੰਦਾ ਵੀ ਚਲੋ ਦੱਬ ਦੋ ਹੁਣ ਇਹਨਾਂ ਨੂੰ ਦੇਖ ਪੁੱਤ ਮੈਂ ਤਾਂ ਕਿਤੇ ਬਾਹਰ ਜਾਣਾ ਨਹੀਂ ਵੀ ਮੈਂ ਗੱਲ ਕਰੂੰਗੀ ਹੈ ਨਾ ਮੇਰੇ ਘਰ ਦੀ ਗੱਲ ਹੈ ਮੈਂ ਕਿਉਂ ਕਰੂੰਗੀ ਬਾਹਰ ਜਾ ਕੇ ਹੈ ਨਾ ਉਹ ਗੱਲ ਕਰਨ ਦੀ ਨਹੀਂ ਜੀ ਗੱਲ ਤਾਂ ਇਹ ਵੀ ਐਵੇਂ ਕਾਹ ਕਾ ਟੈਨਸ਼ਨ ਨਹੀਂ ਲੈਣੇ ਤੁਸੀਂ ਸਾਡੀ ਵੀ ਐਂ ਹੋ ਗਿਆ ਵੀ ਐਡੀ ਵੱਡੀ ਗੱਲ ਹੋਊਗੀ ਆਹ ਗੱਲ ਹੈ ਹੋਰ ਕੁਛ ਨਹੀਂ ਚੱਲ ਕੋਈ ਨਹੀਂ ਇੱਥੇ ਦਬਾ ਦਾਂਗੇ ਆਪਾਂ ਕਿਸੇ ਨੂੰ ਦੱਸਣੀ ਕਰਨੀ ਠੀਕ ਹੈ ਹਾਂ ਰਲ ਮਿਲ ਕੇ ਦੋਨੇ ਭਾਈ ਕੰਮ ਕਰ ਲਿਆ ਕਰਦੇ ਕਰਦੇ ਕੰਮ ਤਾਂ ਬਸ ਕਰੀ ਜਾਂਦਾ ਇੱਕ ਅੱਧਾ ਰਹਿ ਗਿਆ ਕੰਮ ਤਾਂ ਬਸ ਠੀਕ ਹੈ ਉਹ ਵੀ ਕਰੋ ਉਹ ਕੀ ਕੱਦਾ ਰਹਿ ਗਿਆ ਇਹ ਨਾ ਮੈਨੂੰ ਪਤਾ ਕਿੱਥੇ ਬੋਲਦੇ ਮੈਂ ਫੇਰ ਦੇਖ ਲਾ ਹਾਂ ਕੀ ਹੁਣ ਕੀ ਕਹਿੰਦੇ ਉਹ ਕਹਿੰਦੇ ਕਰਮਜੀਤ ਰਹਿ ਗਿਆ ਵੀ ਉਹਨੂੰ ਮਾਰਨਾ ਮੈਂ ਇੱਥੇ ਪੁੱਛ ਲਾ ਨਹੀਂ ਨਹੀਂ ਡੈਡੀ ਗੱਲ ਨਹੀਂ ਨਿਕਲੀ ਉਹ ਬਸ ਤਾਂ ਹੋਰ ਗੱਲ ਨਹੀਂ ਹੋਰ ਪਾਸੇ ਨਾ 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 ਹੋਰ ਕੁਝ ਕਰਨਾ ਸਭ ਪਤਾ ਮੈਨੂੰ ਸੋਨੂੰ ਬੜਾ ਪਤਾ ਲੱਗ ਜਾਂਦਾ ਇਹ ਪਿਓ ਹੈਗਾ ਹਾਂ ਤੁਹਾਡਾ ਸਾਰਾ ਪਤਾ ਇਹਨੂੰ ਅਸਾਂ ਜੇ ਕੰਮ ਦੀ ਗੱਲ ਕਰ ਲਈਏ ਕੀ ਕੰਮ ਕਰਦੇ ਹੋ ਕੀ ਕਰਨਾ ਜੇ ਬਾਥਰੂਮ ਵਾਲੀ ਕਿਧਰ ਜਾਣਾ ਕਿਧਰ ਨਹੀਂ ਜਾਣਾ ਐਂ ਕਰਦੇ ਆ ਚੱਲ ਕੋਈ ਆਪੇ ਕੰਮ ਦੀ ਗੱਲ ਕਰੀ ਆਂ ਤੂੰ ਆਪਣੇ ਕੋਲ ਬਿਜ਼ਨਸ ਹੈਗਾ ਨਾ ਆ ਸੰਭਾਲ ਲਓ ਸਾਹੀ ਕੰਮ ਦੀ ਸੋਨੇ ਦੀ ਗੱਲ ਆਪਾਂ ਨੂੰ ਕੋਈ ਕੰਮ ਨਹੀਂ ਆਪਣਾ ਕਾਰੋਬਾਰ ਵਧੀਆ ਰੱਬ ਨੇ ਦਿੱਤਾ ਹੈ ਸਭ ਕੁਝ ਰੰਗ ਲੱਗੇ ਪਏ ਲੈ ਜੀ ਠੀਕ ਹੈ ਫਰਾਈ ਕਰਦੇ ਆਪਾਂ ਬਸ ਆਹੀ ਕੰਮ ਕਰੇ ਕਾ ਕੰਮ ਜੇ ਕਰ ਲਈ ਠੀਕ ਹੈ ਬਹੁਤ ਦੂਰ ਤੱਕ ਆਹੀ ਕੰਮ ਸੰਭਾਲ ਲਓ ਬਸ ਠੀਕ ਹੈ ਨਾ ਆਪਾਂ ਬਰਾਬਰ ਇੱਕ ਕੰਮ ਕਰ ਦਈਏ ਆ ਦੇਖ ਠੀਕ ਹੈ ਇੱਕ ਕੰਮ ਕਰ ਦਗੇ ਆ ਕੰਮ ਉਹਦੇ ਇੱਕ ਦੇ ਡਰ ਲੱਗ ਜਾਂਦਾ ਜਿਹੜਾ ਇੱਕ ਛੋਟਾ ਕੰਮ ਇੱਕ ਤੇ ਕੰਮ ਛੋਟਾ ਨਾ ਇਹ ਮੇਰੇ ਤੇ ਛੱਡ ਦੇ ਜਿਹੜਾ ਕੰਮ ਹੈ ਮੈਨੂੰ ਮੈਂ ਤਾਂ ਦੱਸ ਦੇ ਕਿਹੜਾ ਇੱਕ ਹੈ ਉਹ ਕੁਝ ਨਹੀਂ ਇਹਦਾ ਦੋਸਤ ਸੀ ਉਹਨੂੰ ਕੱਪੜੇ ਦਵਾ ਕੇ ਲਿਆਉਣੇ ਹੋਰ ਕੀ ਇਹ ਕੀ ਕੰਮ ਹੈ ਫਿਰ ਕੱਪੜੇ ਦਵਾ ਕੇ ਲਿਆਉਣੇ ਚੰਗਾ ਕੋ ਕਰਨ ਕਰੋ ਆਰਾਮ ਤੁਸੀਂ ਆ ਚਲੀ ਜਾ ਚਲੋ ਆਰਾਮ ਠੀਕ ਹੈ ਜਾਨੇ ਮੈਨੂੰ ਦਾਤ ਕਾਲਾ ਦਾ ਲੱਗ ਰਿਹਾ ਹੈ ਨਾ ਦੋਨਾਂ ਦੀ ਅੱਖਾਂ ਜਿਵੇਂ ਲਾ ਕੇ ਗਏ ਆ ਕਾਣੋ ਜਿਹੜਾ ਇੱਕ ਕੰਮ ਕਹਿੰਦੇ ਆ ਇਹ ਉਹਨੂੰ ਕਹਿੰਦੇ ਆ ਮੈਨੂੰ ਸਭ ਪਤਾਗਾ ਅੱਛਾ ਹਾਂ ਸਭ ਚਾਹ ਖੇਡਦੇ ਆ ਮੈਨੂੰ ਆਇਆ ਕਿ ਮੈਨੂੰ ਉਹਨਾਂ ਨਾਂ ਨੂੰ ਨਾ ਜਾਏ ਤੂੰ ਪਹਿਲਾਂ ਕੁਛ ਨਾ ਕੁਛ ਮੈਨੂੰ ਸੋਚਣਾ ਪਊਗਾ ਠੀਕ ਆ ਫਿਰ ਤੂੰ ਪਹਿਲਾਂ ਹੀ ਸੰਭਾਲ ਲਾ ਫਿਰ ਵੀ ਮੂਰੇ ਲੱਗੇ ਗਈ ਉਹੀ ਗੱਲ ਮੈਂ ਸੋਚੀ ਜਾਂਦਾ ਨਾ ਪਹਿਲੇ ਸੰਭਾਲ ਦੀ ਗੱਲ ਹੈ ਹਿਸਾਬ ਨਾਲ ਗੱਲ ਹਾਂ ਤਾਂ ਕੰਮ ਲੋਟ ਨਹੀਂ ਹੁਣ ਆਪਾਂ ਜਦੋਂ ਵੱਧ ਜਾਂਦਾ ਕੰਮ ਫਿਰ ਵੀ ਤੂੰ ਹੀ ਭਜਦਾ ਤੇ ਹੱਕ ਵੀ ਹੈ ਪਹਿਲੇ ਸ਼ਾਮ ਗੱਲ ਜਿਹੜੀ ਕਹਿੰਦੇ ਆ ਇਹ ਇੱਕ ਗੱਲ ਇੱਕ ਇੱਕੋ ਹੀ ਕੰਮ ਆ ਇੱਕੋ ਹੀ ਕੰਮ ਬਸ ਕੋਈ ਨਹੀਂ ਇੱਕ ਕੰਮ ਨੂੰ ਮੈਂ ਹੀ ਕਰ ਦਾਂਗਾ ਫਿਰ ਲੋਟ ਹਾਂ ਬਸ ਹੋਰ ਨਹੀਂ ਕੋਈ ਕਰਦਾ ਉਹੀ ਤਾਂ ਗੱਲ ਕੋਈ ਗੱਲ ਨਹੀਂ ਚਲ ਠੀਕ ਹੈ ਫਿਰ ਕਰ ਲਓ ਕੰਮ ਜਾ ਕੇ ਫਿਰ ਕਰ ਲਓ ਕੰਮ ਜਿਹੜਾ ਕੋਈ ਕਰਨਾ ਕੋਈ ਗੱਲ ਨਹੀਂ ਮੈਨੂੰ ਕਰਨਾ ਪਊ ਜਿਹੜਾ ਕੁਛ ਕਰਨਾ ਪਊਗਾ ਹੈਲੋ ਹਾਂ ਸ਼ਮਸ਼ੇਰੂ ਕਿੱਥੇ ਆ ਓਏ ਉਹ ਕਿਤੇ ਦੇਖਿਆ ਨਹੀਂ ਉਹ ਕਾਕੜ ਕਿੱਥੇ ਰਹਿੰਦਾ ਕਾਕੜ
ਤੇ ਉਹ ਆਪਣਾ ਦੂਜਾ ਚੰਡਾਲ ਆ ਬਸ ਬੜੀ ਜੋੜੀ ਬਣਾਈ ਹੈ। ਤੇ ਤੁਸੀਂ ਐਂ ਕਰੋ ਮੈਨੂੰ ਇੱਕ ਕੰਮ ਕਰਕੇ ਦਿਓ ਹੁਣ। ਉਹ ਕਰਮਜੀਤ ਨਹੀਂ ਗਾ, ਉਹ ਕਰਮਜੀਤ ਦਾ ਕੋਈ ਨਾ ਕੋਈ ਹੱਲ ਕਰੋ ਯਾਰ, ਮੇਰੇ ਜਵਾਬ ਜੇ ਰਹਿ ਗਏ ਮੈਨੂੰ ਐਂ ਡਰਨਾ ਹੀ ਨਾ ਕਿਸੇ ਦੇ ਕੋਈ ਹੋਰ ਜੱਬ ਛੇੜ ਦੇਣ ਕੋਈ। ਹਾਂ ਉਹ ਤਾਂ ਪਤਾ ਕਰੋ ਕਿੱਥੇ ਜਾਂਦਾ ਕਿੱਥੇ ਆਉਂਦਾ ਗਾ, ਠੀਕ ਆ। ਉਹਨਾਂ ਤੋਂ ਪਹਿਲਾਂ ਪਹਿਲਾਂ ਆਪਾਂ ਕੰਮ ਨਿਬੇੜਨਾ ਇਹ। ਬਸ ਠੀਕ ਹੈ, ਆ ਮੈਨੂੰ ਘੰਟੇ ਦੋ ਘੰਟੇ 'ਚ ਨਾ ਕਰਕੇ ਪਤਾ ਦੱਸ ਸ਼ੇਰ ਬਣ ਕੇ। ਠੀਕ ਹੈ ਜੀ, ਠੀਕ ਹੈ। ਇਹ ਤਾਂ ਉਦੋਂ ਪਹਿਲਾਂ ਪਹਿਲਾਂ ਨਾ ਮੈਨੂੰ ਕੁਛ ਨਾ ਕੁਛ ਕਰਨਾ ਪਊਗਾ, ਇਹਨਾਂ ਤਾਂ ਐਂ ਨਹੀਂ ਪਤਾ ਰਾਤ ਨੂੰ ਨਿਕਲ ਜਾਣੇ ਇਕੱਠੇ ਹੋਏ ਵੇ। ਮੈਨੂੰ ਤਾਂ ਵਹਿਤੀ ਹੈ, ਇੱਕ ਕੰਮ ਕਰਨਗੇ ਇੱਕ ਕੰਮ, ਮੈਨੂੰ ਪਤਾ ਹੀ ਤੁਹਾਡੇ ਕੰਮ ਦਾ। ਲਾਡੀ ਆ ਗਿਆ, ਪਤਾ ਲੱਗ ਗਿਆ ਉਹਦਾ ਕਰਮਜੀਤ ਦਾ ਕੀ ਦਾ ਉਹ ਹੀ ਡਰਦਾ ਮਾਂ ਕਿਤੇ ਡੈਡੀ ਨੂੰ ਪਤਾ ਲੱਗ ਗਿਆ। ਡੈਡੀ ਨੂੰ ਕੁਛ ਨਹੀਂ ਪਤਾ ਹਲੇ, ਚੱਲਦੇ ਆਪਾਂ ਦੋਨੇ। ਕਰੀ ਤਾਂ ਨਹੀਂ ਗੱਲ ਕੋਈ, ਕੋਈ ਗੱਲ ਨਹੀਂ ਕੀਤੀ ਹਲੇ। ਕੋਈ ਨਹੀਂ ਹੈਗਾ, ਸਾਰਾ ਕੁਛ ਆਇਆ, ਚੱਲਦੇ ਆ ਬਾਹਰ ਜਲਦੀ ਆਇਆ। ਆਏ ਲੱਡੀ ਚੱਲਦੀ ਦੇਖ, ਹੈ ਤਾਂ ਨਹੀਂ ਕੋਈ ਆਵਾਜ਼ ਤਾਂ ਪ੍ਰਭਜੀਤ ਤੇ ਲਾਡੀ ਦੀ ਸੀ, ਕਿੱਧਰ ਗਏ ਨੇ ਬੋਲਦੇ ਬੋਲਦੇ ਜੀ? ਮੈਨੂੰ ਲੱਗਦਾ ਸੀ ਬਾਹਰ ਆ ਗਏ, ਕੋਈ ਨਾ ਕੋਈ ਪੰਗਾ ਜ਼ਰੂਰ ਖੜਾ ਕਰਨਗੇ। ਮੈਂ ਨਾ ਜੀਜੂ ਨੂੰ ਦੱਸਦੀ ਹਾਂ,